ਸਤਿ ਸ਼੍ਰੀ ਅਕਾਲ ਬੱਚਿਓ ਸਾਇੰਸ ਦੇ ਅਗਲੇ ਪਾਠ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਜੋ ਆਪਾਂ ਡਿਸਕਸ ਕਰਨਾ ਟੌਪਿਕ ਉਹ ਤੱਤਾਂ ਦਾ ਵਰਤੀ ਵਰਗੀਕਰਨ ਹੈ ਉਤੋਂ ਜਿਹੜੇ ਨੇਚਰ ਦੇ ਵਿੱਚ ਕੁਦਰਤ ਦੇ ਵਿੱਚ ਵੱਖ-ਵੱਖ ਤੱਤ ਮੌਜੂਦ ਸੀ ਉਹਨਾਂ ਦਾ ਵਰਗੀਕਰਨ ਕਿਵੇਂ ਕੀਤਾ ਗਿਆ ਕਿਵੇਂ ਸ਼ੁਰੂਆਤ ਹੋਈ ਕਿਸ ਨੇ ਕੀਤੀ ਉਹ ਸਾਰਾ ਆਪਾਂ ਇਸ ਚੈਪਟਰ ਦੇ ਵਿੱਚ ਪਹਿਲਾਂ ਡਿਸਕਸ ਕਰਾਂਗੇ ਬਾਅਦ ਦੇ ਵਿੱਚ ਇਹਦੇ ਕੁਐਸਚਨ ਹੱਲ ਕਰਾਂਗੇ ਇਸ ਵਿੱਚ ਯਾਦ ਰੱਖਣ ਯੋਗ ਗੱਲਾਂ ਕੀ ਨੇ ਪਹਿਲਾਂ ਤਾਂ ਆਪਾਂ ਉਹ ਡਿਸਕਸ ਕਰਦੇ ਹਾਂ ਤਾਂ ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਉਂਦੀ ਆ ਉਹ ਹੁੰਦਾ ਡਾਬਨਿਅਰ ਦੀਆਂ ਤਿਕੜੀਆਂ ਤਾਂ ਸਨ 1897 ਦੇ ਵਿੱਚ ਜਰਮਨ ਵਿਗਿਆਨੀ ਸੀ ਜਾਹਨ ਡਾਬਨਿਅਰ ਉਹਨੇ ਸਮਾਨ ਤੱਤਾਂ ਵਾਲੇ ਗਰੂਪ ਜਿਹੜੇ ਤੱਕ ਸਮਾਨ ਗੁਣਾਂ ਵਾਲੇ ਜਿਹੜੇ ਤੱਤ ਸੀ ਉਹਨਾਂ ਨੂੰ ਵਰਗੀਕ੍ਰਿਤ ਕੀਤਾ ਸੀ ਉਹਨਾਂ ਨੂੰ ਤਰਤੀਬ ਦੇ ਵਿੱਚ ਲਗਾਇਆ ਸੀ ਉਹਨੇ ਤਿੰਨ-ਤਿੰਨ ਦੇ ਯੂਟ ਬਣਾ ਕੇ ਲਗਾਇਆ ਸੀ ਤੇ ਉਹਨੂੰ ਤਿਕੜੀ ਦਾ ਨਾਮ ਦਿੱਤਾ ਸੀ ਕਿਵੇਂ ਲਗਾਇਆ ਸੀ ਇਸ ਵਿੱਚ ਤਿੰਨ ਤੱਤਾਂ ਨੂੰ ਉਹਦੇ ਪ੍ਰਮਾਣ ਨੂੰ ਪੜ੍ਹਨ ਦੇ ਵਾਧ ਦੇ ਕਰਮ ਵਿੱਚ ਲਗਾ ਕੇ ਇਹ ਦੱਸਿਆ ਗਿਆ ਕੀ ਵਿਚਕਾਰਲੇ ਤੱਤ ਦਾ ਪ੍ਰमाणੂ ਪੁੰਜ ਦੂਜੇ ਦੋ ਤੱਤਾਂ ਦੇ ਪ੍ਰमाणੂ ਪੁੰਜ ਦਾ ਲਗਭਗ ਮੱਧਮਾਨ ਹੁੰਦਾ ਹੈ ਠੀਕ ਹੈ ਬੇਟਾ ਵੀ ਮਤਲਬ ਦੂਜੇ ਤੱਤ ਦਾ ਪ੍ਰमाणੂ ਪੁੰਜ ਪਹਿਲੇ ਤੇ ਤੀਜੇ ਦਾ ਕੀ ਹੋਏਗਾ ਲਗਭਗ ਮੱਧਮਾਨ ਮਤਲਬ ਪਹਿਲੇ ਤੇ ਤੀਜੇ ਦੇ ਪ੍ਰमाणੂ ਪੁੰਜ ਨੂੰ ਜੋੜ ਕੇ ਦੋਨਾਂ ਭਾਗ ਕਰਕੇ ਦੂਜੇ ਵਾਲਾ ਪ੍ਰਾਪਤ ਕੀਤਾ ਜਾ ਸਕਦਾ ਹੈ ਟਿਕੜੀਆਂ ਜਿਹੜੀਆਂ ਸੀ ਉਹਨੇ ਬਣਾਈਆਂ ਤਿੰਨ ਪਹਿਲੀ ਟਿਕੜੀ ਸੀ ਲੀਥੀਅਮ ਸੋਡੀਅਮ ਤੇ ਪੋਟਾਸ਼ੀਅਮ ਦੀ ਦੂਜੀ ਕੈਲਸ਼ੀਅਮ strontium barium ਤੇਜੀ ਕਲੋਰੀਨ ਬ੍ਰੋਮੀਨ ਆਇਓਡੀਨ ਹੋਰ ਉਹ ਕੁਛ ਬਸ ਤਿੰਨ ਹੀ ਟਿਕੜੀਆਂ ਬਣਾ ਪਾਇਆ ਹੋਰ ਨਹੀਂ ਬਣਾ ਪਾਇਆ ਅੱਗੇ ਅਗਲੀ ਸਾਰਣੀ ਦੇਖੋ ਇੱਕ ਜਿਹੜੀ ਹੁਣ ਪ੍ਰਜਲਿਤ ਹੈ ਉਹ ਹੈਗੀ ਆਧੁਨਿਕ ਵਰਤੀ ਸਾਰਣੀ ਉਹਦੇ ਵਿੱਚ ਸ਼ੈਲਾਂ ਦੀ ਗੱਲ ਆਪਾਂ ਕਰ ਲੈਨੇ ਆ ਵੱਖ-ਵੱਖ ਸ਼ੈਲ ਪਹਿਲਾ ਸ਼ੈਲ ਹੁੰਦਾ K ਸ਼ੈਲ ਇਹਦੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ 2 ਹੋ ਸਕਦੇ ਨੇ ਦੂਜਾ ਸ਼ੈਲ L ਸ਼ੈਲ ਹੁੰਦਾ ਇਹਦੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ 8 ਹੋ ਸਕਦੇ ਨੇ ਤੀਜਾ ਸ਼ੈਲ ਐਮ ਸੈਲ ਹੁੰਦਾ ਉਹਦੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ 18 ਹੋ ਸਕਦੇ ਨੇ ਐਵੇਂ ਅੱਗੇ ਦੀ ਅੱਗੇ ਜਾਈ ਜਾਏਗਾ ਅੱਗੇ ਆਪਾਂ ਨੂੰ ਕਿਤਾ ਕਿਵੇਂ ਪਤਾ ਕਿਦਾਂ ਪਤਾ ਲੱਗੇਗਾ ਵੀ ਕਿਹੜੇ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਨੇ ਤਾਂ ਉਹਦੇ ਲਈ ਸੂਤਰ ਹੈ ਕਿਸੇ ਵੀ ਸ਼ੈਲ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਪਤਾ ਕਰਨ ਦਾ ਸੂਤਰ ਬਰਾਬਰ 2n² ਮਤਲਬ 2n ਦੀ ਘਾਤ 2 2n ਦੀ 2 ਪਰ n ਦੀ ਸਕੁਅਰ ਕਰ ਲਈ ਦੀ ਠੀਕ ਹੈ ਇਲੈਕਟ੍ਰੋਨਿਕ ਤਰਤੀਬ ਜੇ ਅਗਰ ਆਪਾਂ ਕਿਸੇ ਨੂੰ ਦੇਣੀ ਹੋਵੇ ਪਰਮਾਣੂ ਅੰਕਾਪਨ ਪਤਾ ਹੋਵੇ ਤਾਂ ਕਮੀ ਦਿੰਨੇ ਆ ਜੇ ਪ੍ਰਮਾਣੂਕ 14 ਤਾਂ ਉਹਦੀ ਇਲੈਕਟ੍ਰੋਨ ਤਰਤੀਬ 2 8 4 ਹੋਵੇਗੀ ਮਤਲਬ ਪਹਿਲੇ ਸ਼ੈਲ ਦੇ ਵਿੱਚ ਤੁਸੀਂ 2 ਇਲੈਕਟ੍ਰੋਨ ਲੈਣੇ ਆ ਦੂਜੇ ਦੇ ਵਿੱਚ 8 ਲੈਣੇ ਆ ਫਿਰ 8 8 ਅਸ਼ਟਕ ਦੇ ਹਿਸਾਬ ਨਾਲ ਹੀ ਲਾਉਣਾ ਠੀਕ ਹੈ ਮਤਲਬ ਇਹ ਨਹੀਂ ਵੀ ਦੂਜੇ ਚ ਤੀਜੇ ਸ਼ੈਲ 'ਚ ਤੁਸੀਂ 18 ਲਾਉਂਗੇ 8 ਹੀ ਲਾਉਂਗੇ 2 8 8 2 ਅੱਗੇ ਜੇ ਆਪਾਂ 20 ਲਈ ਕਰਨਾ ਹੈ ਪ੍ਰਮਾਣੂਕ 20 ਲਈ ਕਰਨਾ ਤਾਂ ਆਪਾਂ ਐਵੇਂ ਲਿਖਾਂਗੇ 2 8 8 2 ਠੀਕ ਹੈ ਬੇਟਾ ਅੱਗੇ ਨਿਊ ਲਾਂਡ ਦੇ ਨਿਊਨਲੈਂਡ ਦੇ ਅਸ਼ਟਕ ਸੀਗੇ ਨਿਊਨਲੈਂਡ ਨੇ ਅਸ਼ਟਕ ਦਾ ਸਿਧਾਂਤ ਦਿੱਤਾ ਸੀ 1866 ਦੇ ਵਿੱਚ ਅੰਗਰੇਜ਼ੀ ਵਿਗਿਆਨੀ ਸੀ ਇਹ ਇਹਨੇ ਜੌਨ ਨਿਊਨਲੈਂਡ ਨੇ ਉਸ ਸਮੇਂ ਖੋਜੇ ਗਏ ਜਿਹੜੇ ਤੱਤ ਸੀਗੇ ਪਰਮਾਣੂ ਪੰਜ ਦੇ ਬਾਅਦ ਦੇ ਕਰਮ ਦੇ ਵਿੱਚ ਉਹਨੇ ਲਗਾਏ ਸੀ ਉਸਨੇ ਹਾਈਡਰੋਜਨ ਤੋਂ ਸ਼ੁਰੂ ਕਰਕੇ 56 ਤੱਤ 56ਵੇਂ ਤੱਤ ਥੋਰੀਅਮ ਤੱਕ ਸਮਾਪਤ ਕੀਤਾ ਸੀ ਮਤਲਬ ਉਸ ਸਮੇਂ ਕਿੰਨੇ ਤੱਤ ਮੌਜੂਦ ਸੀ ਬੇਟਾ 56 ਤੇ ਇਹਦੀਆਂ ਖਾਮੀਆਂ ਵੀ ਸੀ ਤੇ ਇਹਨੂੰ ਸੰਗੀਤ ਨਾਲ ਰਿਲੇਟ ਕੀਤਾ ਸੀ ਇਹਨੇ ਆਪਣੇ ਅਸ਼ਟਕ ਦੇ ਸਿਧਾਂਤ ਨੂੰ ਇਹਦੀ ਖਾਮੀ ਕੀ ਸੀ ਵੀ ਜਿਹੜਾ ਇਹਨੇ ਲਾਇਆ ਅੱਠਵੇਂ ਇਹ ਕਹਿੰਦਾ ਸੀ ਵੀ ਅੱਠਵੇਂ ਤੱਤਵਾਦ ਰਿਪੀਟ ਹੋਣ ਲੱਗ ਜਾਣਗੇ ਪਰ ਅਸ਼ਟਕ ਦਾ ਸਿਧਾਂਤ ਕੇਵਲ ਕੈਲਸ਼ੀਅਮ ਤੱਕ ਹੀ ਲਾਗੂ ਹੁੰਦਾ ਸੀ ਕਿਉਂਕਿ ਕੈਲਸ਼ੀਅਮ ਤੋਂ ਮੰਗਰੋਂ ਹਾਰ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਨਾਲ ਨਹੀਂ ਮਿਲਦੇ ਸਨ ਅੱਗੇ ਬੇਟਾ ਹੈ ਮੈਂਡਲੀਫ ਦੀ ਅਵਰਤੀ ਸਾਰਣੀ ਇਹਦੇ ਵਿੱਚ ਦੇਖੋ ਜਿਹੜੀਆਂ ਇਹ ਵਾਲੇ ਨੇ ਉੱਪਰ ਤੋਂ نیچے ਵੱਲ ਨੂੰ ਆ ਰਹੇ ਨੇ ਐਲੀਮੈਂਟ A ਇਹ ਸਾਰੇ ਗਰੁੱਪ ਹੁੰਦੇ ਨੇ ਠੀਕ ਹੈ ਉੱਪਰ ਤੋਂ نیچے ਵੱਲ ਨੂੰ ਆਉਂਦੇ ਨੇ ਇਹ 8 ਗਰੁੱਪ ਨੇ ਤੇ 6 ਇਹਦੇ ਵਿੱਚ ਪੀਰਡ ਨੇ ਮੈਂਲੀਵ ਦੀ ਵਰਤੀ ਸਾਰਣੀ ਦੇ ਵਿੱਚ 8 ਗਰੁੱਪ ਨੇ ਤੇ 6 ਪੀਰੀਅਡ ਨੇ ਜਦੋਂ ਤੱਕ ਇਹਨੇ ਕੰਮ ਸ਼ੁਰੂ ਕੀਤਾ ਸੀ ਨਾ ਮਤਲਬ ਤੱਤਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਲਗਾਉਣ ਦਾ ਠੀਕ ਹੈ ਉਦੋਂ ਕਿੰਨੇ ਤੱਤ ਪ੍ਰੈਜੈਂਟ ਸੀਗੇ 63 ਠੀਕ ਹੈ 63 ਤੱਤਾਂ ਨੂੰ ਇਹਨੇ ਲਾਇਆ ਸੀਗਾ ਤੇ 63 ਤੱਤਾਂ ਨੂੰ ਇਹਨੇ ਮਤਲਬ ਲਾਇਆ ਸੀ ਇਹਦਾ ਆਧਾਰ ਕੀ ਸੀ ਤਤਾਂ ਨੂੰ ਲਗਾਉਣ ਦਾ ਪ੍ਰਮਾਣੂ ਪੰਜ ਦੇ ਬਾਧੇ ਕਰਨ ਦੇ ਵਿੱਚ ਇਹਨੇ ਲਗਾਏ ਸੀ ਮਤਲਬ ਇਹਦਾ ਸਿਧਾਂਤ ਸੀਗਾ ਵੀ ਤਤਾਂ ਦੇ ਗੁਣ ਉਹਨਾਂ ਦੇ ਪ੍ਰਮਾਣੂ ਪੰਜ ਦੇ ਅਵਰਤੀ ਫਲਨ ਜਾਂ ਫੰਕਸ਼ਨ ਹੁੰਦੇ ਨੇ ਮਤਲਬ ਪੰਜ ਦੇ ਹਿਸਾਬ ਨਾਲ ਉਹ ਇੱਕ ਦੂਜੇ ਨੂੰ ਰਿਪੀਟ ਕਰਦੇ ਨੇ ਠੀਕ ਹੈ ਬੇਟਾ ਇਹ ਆ ਜਿਹੜੀ ਮੈਂਡਲੀਵ ਦੀ ਵਰਤੀ ਸਾਰਣੀ ਉਹ 1872 ਦੇ ਵਿੱਚ ਜਰਮਨ ਪੱਤਰਕਾ ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਠੀਕ ਹੈ ਕੁਛ ਇਹਦੀਆਂ ਬਾਦ ਦੇ ਵਿੱਚ ਖਾਮੀਆਂ ਵੀ ਸੀ ਵੀ ਖੋਸ਼ ਨੇ ਖਾਲੀ ਥਾਂ ਛੱਡਤੀ ਸੀ ਭਾਵੇਂ ਉਹ ਖਾਲੀ ਥਾਂ ਉਹਨੇ ਰਿਕਵਰ ਹੋ ਗਏ ਸੀ ਕਿਉਂਕਿ ਉਹਨੇ ਖਾਲੀ ਥਾਂ ਛੱਡੀ ਸੀ ਉੱਥੇ ਕੋਈ ਐਲੀਮੈਂਟ ਹੋਰ ਆਉਣਾ ਸੀ ਠੀਕ ਹੈ ਜਿਵੇਂ ਬਾਦ ਦੇ ਵਿੱਚ ਜਰਮੇਨੀਅਮ ਵਰਗਾ ਐਲੀਮੈਂਟ ਆਇਆ ਸੀ ਜਿਨ੍ਹਾਂ ਵਾਸਤੇ ਉਹਨੇ ਥਾਂ ਛੱਡੀ ਹੋਈ ਸੀ ਕੁਸ਼ ਇਹਨਾਂ ਤਰੁੱਟੀਆਂ ਕੀ ਸੀ ਬੇਟਾ ਵੀ ਇੱਕ ਤਾਂ ਇਹ ਸਮਸਥਾਨਕਾਂ ਬਾਰੇ ਨਹੀਂ ਕੁਝ ਦੱਸਿਆ ਵੀ ਸਮਸਥਾਨਕ ਦੀ ਪੋਜੀਸ਼ਨ ਕੀ ਆਵੇਗੀ ਅਵਰਤੀ ਸਾਰਣੀ ਦੇ ਵਿੱਚ ਸਮਸਥਾਨਕ ਉਹ ਹੁੰਦੇ ਨੇ ਜਿਨ੍ਹਾਂ ਦਾ ਪਰਮਾਣੂ ਅੰਕਤਾ ਸਮਾਨ ਹੁੰਦਾ ਪਰ ਪਰਮਾਣੂ ਪੁੰਜ ਅਲੱਗ-ਅਲੱਗ ਹੁੰਦਾ ਜਿਵੇਂ ਕਲੋਰੀਨ ਦੇ ਦੋ ਸਮਸਥਾਨਕ ਨੇ ਕਲੋਰੀਨ 35 ਤੇ ਕਲੋਰੀਨ 37 ਕਲੋਰੀਨ 35 ਮਤਲਬ ਕਲੋਰੀਨ ਜਿਹਦਾ ਪਰਮਾਣੂ ਪੁੰਜ 35 ਹੈ ਕਲੋਰੀਨ 37 ਮਤਲਬ ਜਿਹਦਾ ਪਰਮਾਣੂ ਪੁੰਜ 37 ਹੈ ਐਵੇਂ ਹਾਈਡਰੋਜਨ ਦੇ ਵੀ ਤਿੰਨ ਨੇ ਪ੍ਰੋਟੀਅਮ ਡਿਊਟੀਰੀਅਮ ਤੇ ਟ੍ਰਿਟੀਅਮ ਇੱਕ ਦਾ ਪਰਮਾਣੂ ਪੁੰਜ 1 ਹੈ ਦੂਜੇ ਦਾ 2 ਹੈ ਤੀਜੇ ਦਾ 3 ਠੀਕ ਹੈ ਬੇਟਾ ਇਹ ਕੇ ਹਾਈਡਰੋਜਨ ਨੂੰ ਆਪਣੀ ਅਵਰਤੀ ਸਾਰਣੀ ਦੇ ਵਿੱਚ ਜਗ੍ਹਾ ਨਹੀਂ ਦੇ ਪਾਇਆ ਸੀ ਠੀਕ ਹੈ ਇਹ ਹਾਈਡਰੋਜਨ ਨੂੰ ਅਖਲੀ ਕਿੱਥੇ ਰੱਖਿਆ ਜਾਵੇ ਨਿਸ਼ਚਿਤ ਥਾਂ ਹਾਈਡਰੋਜਨ ਦੀ ਕਿੱਥੇ ਹੋਊਗੀ ਉਹ ਇਹ ਨਹੀਂ ਦੱਸ ਪਾਇਆ ਸੀਗਾ ਤੇ ਹਾਈਡਰੋਜਨ ਤਾਂ ਮਤਲਬ ਦੇਖੀ ਤੀਸੀ ਵੀ ਹਾਈਡਰੋਜਨ ਨੂੰ ਕਿੱਥੇ ਰੱਖਿਆ ਜਾਏ ਠੀਕ ਹੈ ਉਸ ਤੋਂ ਬਾਅਦ ਹੀਲੀਅਮ ਹੋ ਗਏ ਹੀਲੀਅਮ ਨੀਓਨ ਇਹਨਾਂ ਨੂੰ ਇਹ ਆਪਣੀ ਸਾਰਣੀ ਦੇ ਵਿੱਚ ਤੁਸੀਂ ਦੇਖੋ ਆਸਾਨੀ ਤੁਹਾਡੇ ਦਿਖ ਰਹੀ ਹੈ ਕਿਤੇ ਵੀ ਥਾਂ ਉਹਨਾਂ ਨੂੰ ਨਹੀਂ ਦੇ ਪਾਇਆ ਸੀ ਗਏ ਸੀਗੀ ਆਧੁਨਿਕ ਅਵਰਤੀ ਸਾਰਣੀ ਤਾਂ ਇਹਨੂੰ 1913 ਨੂੰ ਜਹਨਰੀ ਮੋਸਲੇ ਨੇ ਖਾਇਆ ਸੀ ਵੀ ਜੇ ਆਪਾਂ ਪਰਮਾਣੂ ਪੰਜੀ ਥਾਂ ਤੇ ਆਪਾਂ ਪਰਮਾਣੂ ਅੰਕ ਦੇ ਹਿਸਾਬ ਨਾਲ ਲਾਈਏ ਤਾਂ ਐਲੀਮੈਂਟ ਸਾਰੇ ਲੱਗ ਜਾਣਗੇ ਪਰ ਆਧੁਨਿਕ ਵਰਤੀ ਸਾਰਣੀ ਦੇ ਵਿੱਚ 18 ਗਰੁੱਪ ਤੇ 7 ਪੀਰੀਅਡ ਸੀ ਇਹਦੇ ਵਿੱਚ ਇੱਕ ਕੁੱਲ 118 ਤੱਤਾਂ ਨੂੰ ਮਤਲਬ ਤਰਤੀਬ ਕੀਤਾ ਗਿਆ ਸੀ ਠੀਕ ਹੈ ਬੇਟਾ ਤੁਹਾਨੂੰ ਮੈਂ ਗੱਲਾਂ ਇਹਦੇ ਵਿੱਚ ਸਮਝਾਉਣਾ ਇਹ ਗਰੁੱਪ ਨੰਬਰ ਨੇ ਉੱਪਰ ਤੋਂ نیچے ਨੂੰ ਗਰੁੱਪ ਨੇ ਜਿਹੜਾ ਸਾਈਡ ਵਾਈਜ਼ ਜਾ ਰਹੀਆਂ ਨੇ ਸੱਜੇ ਤੋਂ ਖੱਬੇ ਖੱਬੇ ਤੋਂ ਸੱਜੇ ਵੱਲ A ਕੀ ਨੇ ਪੀਰੀਅਡ ਨੇ ਠੀਕ ਆ ਬੇਟਾ ਅੱਗੇ ਇਹਦੇ ਵਿੱਚ ਜਿਹੜੀਆਂ ਗ੍ਰੀਨ ਜੀਆਂ ਇਧਰਲੇ ਪਾਸੇ ਖੱਬੇ ਵਾਲੇ ਪਾਸੇ ਉਹ ਤਾਤਾਂ ਨੇ ਜਿਹੜੇ ਵਿਚਾਲੇ ਨੀਅਰ ਅਬਾਊਟ ਪਿੰਕ ਜੇ ਕੀਤੇ ਹੋਏ ਆ ਉਹ ਉਪ ਤਾਤਾਂ ਨੇ ਠੀਕ ਹੈ ਜਿਹੜਾ ਪਰਲੇ ਪਾਸੇ yellow ਜਾਂ ਕਲਰ ਆ ਉਹ ਕੀ ਆ ਉਪ ਤਾਤਾਂ ਉਹ ਅਤਾਤਾਂ ਨੇ ਸੌਰੀ ਜਿਹੜਾ ਵਿਚਕਾਰ ਬਣੀ ਹੋਈ ਹੈ ਲਾਈਨ ਜੀ ਉਹ ਉਪਤਾਤਾਂ ਦੀ ਆ ਪਿੰਕ ਜੇ ਵਾਲੀ ਜਿਹੜੀ yellow ਵਾਲੇ ਨੇ ਉਹ ਕੀ ਨੇ ਅਤਾਤਾਂ ਨੇ ਜਿਹੜੀਆਂ ਖੱਬੇ ਪਾਸੇ ਆ ਉਹ ਕੀ ਆ ਤਾਤਾਂ ਇੱਥੇ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਆਪਾਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਆ ਜਿਹੜਾ ਤਾਤਮੀ ਕੈਰੈਕਟਰ ਹੈ ਤਾਤ ਤਾਤਮੀ ਗੁਣ ਉਹ ਘਟਦਾ ਹੈ ਮਤਲਬ ਤਾਤਾਂ ਘਟਦੀਆਂ ਜਾਂਦੀਆਂ ਅੱਗੇ ਜਾ ਕੇ ਅਤਾਤਾਂ ਹੋ ਜਾਂਦੀਆਂ ਕਹਿਣਾ ਦਾ ਭਾਵ ਇਹ ਆ ਤੇ ਉੱਪਰ ਤੋਂ ਨੀਚੇ ਵੱਲ ਨੂੰ ਜਦੋਂ ਆਪਾਂ ਆਉਣੇ ਆ ਤਾਤਮੀ ਗੁਣ ਵਧਦਾ ਹੈ ਠੀਕ ਹੈ ਕਲੀਅਰ ਆ ਬੇਟਾ ਜੇ ਅਮੀ ਆਪਾਂ ਪਰਮਾਣੂ ਆਕਾਰ ਦੀ ਗੱਲ ਕਰ ਲਈਏ ਜੇ ਆਪਾਂ ਗਰੁੱਪ ਦੇ ਵਿੱਚ ਉੱਪਰ ਤੋਂ نیچے ਵੱਲ ਨੂੰ ਆਉਣਿਆਂ ਤਾਂ ਪਰਮਾਣੂ ਦਾ ਆਕਾਰ ਵੱਧਦਾ ਹੈ ਕਿਉਂਕਿ ਸ਼ੈਲ ਹਰ ਵਾਰ ਇੱਕ ਨਵਾਂ ਸ਼ੈਲ ਵਾਧ ਜਾਂਦਾ ਹੈ ਠੀਕ ਹੈ ਪਰ ਜੇ ਆਪਾਂ ਖੱਬੇ ਤੋਂ ਸੱਜੇ ਪਾਸੇ ਜਾਂਦੇ ਆ ਤਾਂ ਪਰਮਾਣੂ ਆਕਾਰ ਘਟਦਾ ਹੈ ਕਿਉਂਕਿ ਇਲੈਕਟ੍ਰੋਨ ਉਸੇ ਸ਼ੈਲ ਦੇ ਵਿੱਚ ਐਂਟਰ ਹੋ ਜਾਂਦੇ ਆ ਨਿਊਕਲੀਅਰ ਦਾ ਚਾਰਜ ਵਧ ਜਾਂਦਾ ਇਲੈਕਟ੍ਰੋਨ ਨਿਊਕਲੀਅਸ ਵੱਲ ਜ਼ਿਆਦਾ ਖਿੱਚੇ ਜਾਂਦੇ ਆ ਠੀਕ ਹੈ ਬੇਟਾ ਇਹ ਸੀਗੀਆਂ ਇੱਕ ਦੋ ਗੱਲਾਂ ਆਧੁਨਿਕ ਅਵਰਤੀ ਸਾਰਣੀ ਦੇ ਬਾਰੇ ਆਧੁਨਿਕ ਵਰਤੀ ਸਾਰਣੀ ਦੇ ਵਿੱਚ ਮੈਂਡਲੀਫ ਦੀਆਂ ਸੀ ਜਿਹੜੀਆਂ ਲਗਭਗ ਸਾਰੀਆਂ ਕਮੀਆਂ ਉਹ ਕੱਢ ਦਿੱਤੀਆਂ ਗਈਆਂ ਸੀ ਤਾਂ ਇਸ ਲਈ ਆਧੁਨਿਕ ਵਰਤੀ ਸਾਰਣੀ ਹੋਣ ਤੱਕ ਆਪਾਂ ਪੜ੍ਹਨੀ ਆਂ ਲਾਸਟ ਤੱਕ ਇਹਦੇ ਵਿੱਚ ਸਮਸਥਾਨਕਾਂ ਦਾ ਸਥਾਨ ਵੀ ਨਿਸ਼ਚਿਤ ਕਰ ਦਿੱਤਾ ਗਿਆ ਸੀ ਹੀਲੀਅਮ ਤੇ ਨਿਓਨ ਜਿਹੜੇ ਉਹਦੇ ਵਿੱਚ ਨਹੀਂ ਸੀਗੇ ਪਹਿਲਾਂ ਉਹ ਵੀ ਇਹਦੇ ਵਿੱਚ ਇਨਸਰਟ ਕਰ ਦਿੱਤੇ ਗਏ ਸੀ ਠੀਕ ਆ ਬੇਟਾ ਇੱਕ ਗੱਲ ਹੋਰ ਆਧੁਨਿਕ ਵਰਤੀ ਸਾਰਣੀ ਦੇ ਵਿੱਚ ਤੁਹਾਨੂੰ ਜ਼ਰੂਰੀ ਵੀ 30 ਤੱਕ ਜਿਹੜੇ ਤੱਤ ਨੇ ਉਹ ਤੁਹਾਨੂੰ ਪਤਾ ਹੋਣਾ ਵੀ 30 ਤੱਕ ਕਿਹੜੇ ਹੁੰਦੇ ਆ ਜਿਵੇਂ ਪਹਿਲਾ ਹਾਈਡਰੋਜਨ ਹੈ ਪ੍ਰਮਾਣੂ ਅੰਕ ਹਾਈਡਰੋਜਨ ਦਾ 1 ਹੁੰਦਾ ਹੈ। ਉਸ ਤੋਂ ਬਾਅਦ ਹੀਲੀਅਮ ਇਹ ਪਹਿਲੇ ਗਰੁੱਪ ਦੇ ਵਿੱਚ ਆਉਂਦੇ ਨਹੀਂ। ਉਹ ਪਹਿਲੇ ਪੀਰੀਅਡ ਦੇ ਵਿੱਚ ਆਉਂਦੇ ਨੇ। ਹਾਈਡਰੋਜਨ ਤੇ ਹੀਲੀਅਮ ਪਹਿਲੇ ਪੀਰੀਅਡ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਲੀਥੀਅਮ, ਬ੍ਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਨ, ਆਕਸੀਨ, ਫਲੋਰਿਨ ਤੇ ਨਿਓਨ ਇਹ ਦੂਜੇ ਪੀਰੀਅਡ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਨ, ਫਾਸਫੋਰਸ, ਸਲਫਰ, ਕਲੋਰਿਨ, ਆਰਗਨ ਇਹ ਤੀਜੇ ਪੀਰੀਅਡ ਦੇ ਵਿੱਚ ਆਉਂਦੇ ਨੇ। ਚੌਥੇ ਪੀਰੀਅਡ ਦੇ ਵਿੱਚ ਬੇਟਾ ਪੋਟਾਸ਼ੀਅਮ ਕੈਲਸ਼ੀਅਮ ਸਕੈਂਡੀਅਮ ਟਾਈਟੇਨੀਅਮ ਵੈਨੇਡੀਅਮ ਕ੍ਰੋਮੀਅਮ ਮੈਗਨੀਜ਼ ਆਇਰਨ ਕੋਬਾਲਟ ਨਿਕਲ ਕੈਲਸ਼ੀਅਮ ਜ਼ਿੰਕ ਗੈਲੀਅਮ ਜਰਮੇਨੀਅਮ ਆਸੈਨਿਕ ਸਿਲੇਨੀਅਮ ਬ੍ਰੋਮੀਨ ਤੇ ਕ੍ਰਿਪਟੋਨ ਇਹ ਚੌਥੇ ਪੀਰੀਅਡ ਦੇ ਵਿੱਚ ਆਉਂਦੇ ਨੇ ਤੁਸੀਂ 30 ਤੱਕ ਯਾਦ ਕਰਨੇ ਨੇ ਠੀਕ ਹੈ ਬੇਟਾ 3 ਤੱਕ ਯਾਦ ਕਰਨੇ ਨੇ ਜ਼ਿੰਕ ਤੱਕ ਤੁਸੀਂ ਇਹ ਯਾਦ ਕਰਨੇ ਨੇ ਵੀ ਇਹ ਤੁਹਾਨੂੰ ਪਤਾ ਹੋਵੇ ਕਿ ਜੇ ਮੈਂ ਕਹਤਾ 26 ਨੰਬਰ ਪਰਮਾਣੂ ਅੰਕ 26 ਤਾਂ ਤੁਹਾਨੂੰ ਪਤਾ ਹੋਵੇ ਵੀ 26 ਕੀ ਦਾ ਆਇਰਨ ਦਾ ਹੈ ਠੀਕ ਹੈ ਇਹ ਤੁਹਾਨੂੰ ਯਾਦ ਹੋਣਗੇ ਤਾਂ ਹੀ ਤਾਹੀਂ ਤੁਸੀਂ ਇਲੈਕਟ੍ਰੋਨਿਕ ਤਰਤੀਬ ਕਿਸੇ ਵੀ ਪਰਮਾਣੂ ਅੰਕ ਦੀ ਲਿਖ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਪਰਮਾਣੂ ਅੰਕ ਨਹੀਂ ਯਾਦ ਹੋਏਗਾ ਤਾਂ ਤੁਸੀਂ ਇਲੈਕਟ੍ਰੋਨਿਕ ਤਰਤੀਬ ਨਹੀਂ ਲਿਖ ਪਾਉਗੇ ਠੀਕ ਹੈ ਬੇਟਾ ਇਹ ਗੱਲ ਹੋਰ ਸੰਯੋਜਕਤਾ ਬਾਰੇ ਜਦੋਂ ਆਪਾਂ ਗਰੁੱਪ ਦੇ ਵਿੱਚ ਸੰਯੋਜਕਤਾ ਦੀ ਗੱਲ ਕਰਦੇ ਹਾਂ ਵੀ ਪਹਿਲੇ ਗਰੁੱਪ ਦੇ ਵਿੱਚ ਸੰਯੋਜਕਤਾ ਵਾਧੀ ਹੈ ਜਾਂ ਘਟਦੀ ਹੈ ਤਾਂ ਗਰੁੱਪ ਦੇ ਵਿੱਚ ਉਸੇ ਸ਼ੈਲ ਦੇ ਵਿੱਚ ਇਲੈਕਟ੍ਰੋਨ ਹੁੰਦੇ ਆ ਉਨੇ ਹੀ ਇਲੈਕਟ੍ਰੋਨ ਹੁੰਦੇ ਨੇ ਸ਼ੈਲ ਭਾਵੇਂ ਬਦਲ ਰਿਹਾ ਪਰ ਇਲੈਕਟ੍ਰੋਨਾਂ ਦੀ ਸੰਖਿਆ ਬਾਹਰੀ ਸ਼ੈਲ ਦੇ ਵਿੱਚ ਉਨੀ ਹੀ ਹੁੰਦੀ ਹੈ ਮਤਲਬ ਜਿਵੇਂ ਪਹਿਲੇ ਗਰੁੱਪ ਦੀ ਗੱਲ ਕਰ ਰਹੀਏ ਉਹਦੇ ਬਾਹਰੀ ਸ਼ੈਲ ਦੇ ਵਿੱਚ ਸਿਰਫ ਇੱਕ ਇਲੈਕਟ੍ਰੋਨ ਹੈ ਦੂਜੇ ਦੇ ਵਿੱਚ ਦੋ ਇਲੈਕਟ੍ਰੋਨ ਨੇ ਮਤਲਬ ਸੰਯੋਜਕਤਾ ਗਰੁੱਪ ਦੇ ਵਿੱਚ ਸਮਾਨ ਰਹਿੰਦੀ ਹੈ ਠੀਕ ਹੈ ਪਰ ਪੀਰੀਅਡ ਦੇ ਵਿੱਚ ਸੰਯੋਜਕਤਾ ਵਾਧੀ ਘਟਦੀ ਰਹਿੰਦੀ ਹੈ ਠੀਕ ਹੈ ਬੇਟਾ ਇਹ ਸੀ ਆਧੁਨਿਕ ਅਵਰਤੀ ਸਾਰਣੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਚੈਪਟਰ ਬਾਰੇ ਆਪਾਂ ਥੋੜਾ ਮੋਟਾ ਪੜ੍ਹ ਲਿਆ ਵਾ ਕਿ ਤੁਸੀਂ ਪੜ੍ਹ ਲਿਆ ਹੋਣਾ ਲਗਭਗ ਮੈਂ ਸਾਰੇ ਟੌਪਿਕ ਤੁਹਾਨੂੰ ਇੱਕ ਵਾਰੀ ਰਿਪੀਟ ਕਰਵਾ ਦਿੱਤੇ ਨੇ ਤਾਂ ਆਪਾਂ ਕੁਐਸਚਨ ਵਾਲ ਚੱਲਦੇ ਹਾਂ ਜਿਵੇਂ ਇਹਦੇ ਕੁਐਸਚਨ ਆਪਾਂ ਦਿੱਤੇ ਹੋਏ ਨੇ ਪਹਿਲਾ ਕੁਐਸਚਨ ਹੈ ਮੈਂਡਲੀਫ ਅਤੇ ਆਧੁਨਿਕ ਅਵਰਤੀ ਸਾਰਣੀ ਵਿੱਚ ਕਿੰਨੇ ਤੱਤਾਂ ਦਾ ਵਰਗੀਕਰਨ ਹੈ ਕਿੰਨੇ ਤੱਤਾਂ ਦਾ ਵੀ ਮੈਂਡਲੀਫ ਦੀ ਵਰਤੀ ਸਾਰਣੀ ਵਿੱਚ ਹੁਣੇ ਦੱਸਿਆ ਮੈਂ 63 ਤੱਤਾਂ ਦਾ ਤੇ ਆਧੁਨਿਕ ਵਰਤੀ ਸਾਰਣੀ ਦੇ ਵਿੱਚ 118 ਤੱਤਾਂ ਦਾ ਵਰਗੀਕਰਨ ਹੈ। ਅਗਲਾ ਕੁਐਸਚਨ ਮੈਂਡਲੀਫ ਅਤੇ ਆਧੁਨਿਕ ਵਰਤੀ ਸਾਰਣੀ ਕਰਮਵਾਰ ਕਿਸ ਵਿਗਿਆਨੀ ਨੇ ਬਣਾਈ? ਤਾਂ ਮੈਂਡਲੀਫ ਦੀ ਤਾਂ ਮੈਂਡਲੀਵ ਨੇ ਹੀ ਬਣਾਈ ਨਾ। ਦਮਿਤਰੀ ਮੈਂਡਲੀਫ ਨੇ ਬਣਾਈ ਤੇ ਜਿਹੜੀ ਆਧੁਨਿਕ ਵਰਤੀ ਸਾਰਣੀ ਸੀ ਉਹ ਹੈਨਰੀ ਮੋਸਲੇ ਨੇ ਬਣਾਈ ਸੀ। ਪਹਿਲੀ ਆਪਸ਼ਨ ਇਹਦੀ ਸਹੀ ਹੈ। ਮੈਂਡਲੀਫ ਦੀ ਵਰਤੀ ਸਾਰਣੀ ਵਿੱਚ ਕਿੰਨੇ ਗਰੁੱਪ ਤੇ ਕਿੰਨੇ ਪੀਰੀਅਡ ਹਨ? ਇਹ ਪੁੱਛਿਆ। ਮੈਂ ਲਿਖ ਦੀ ਜਿਹੜੀ ਅਵਰਤੀ ਸਾਰਣੀ ਆਪਾਂ ਮੈਂ ਤੁਹਾਨੂੰ ਦੱਸੀ ਵੀ ਸੀ ਸਮਝਾਈ ਵੀ ਸੀ ਕਿੰਨੇ ਗਰੁੱਪ ਨੇ ਉਹਦੇ ਵਿੱਚ ਕਹਿੰਦੇ ਕਿੰਨੇ ਪੀਰੀਡ ਨੇ ਕਿੰਨੇ ਨੇ ਵੀ 8 ਗਰੁੱਪ ਤੇ 6 ਪੀਰੀਡ ਨੇ ਦੂਜੀ ਆਪਸ਼ਨ ਇਹਦੇ ਲਈ ਸਹੀ ਹੈ ਕਿ ਅਵਰਤੀ ਸਾਰਣੀ ਵਿੱਚ ਖੱਬੇ ਤੋਂ ਸੱਜੇ ਖੱਬੇ ਤੋਂ ਸੱਜੇ ਇਹ ਥੋੜਾ ਜਿਹਾ ਗਲਤ ਲਿਖਿਆ ਹੋਇਆ ਇੱਥੇ ਬਸ ਇੱਥੇ ਤੱਕ ਹੀ ਖਤਮ ਹੋ ਜਾਂਦਾ ਦੇਖੋ ਬਟਾ ਆ ਨਹੀਂ ਆਉਣਾ ਸੀਗਾ ਗਲਤ ਲਿਖ ਰਿਹਾ ਤਾ ਆਧੁਨਿਕ ਵਾਤੀ ਸਨ ਵਿੱਚ ਖੱਬੇ ਤੋਂ ਸੱਜੇ ਜਾਣ ਤੇ ਠੀਕ ਹੈ 타 ਆਤਮੀ ਗੁਣ ਕਿਵੇਂ ਬਦਲਦਾ ਹੈ ਖੱਬੇ ਤੋਂ ਸੱਜੇ ਪਾਸੇ ਜਾਣ ਤੇ 타ਤਮੀ ਗੁਣ ਆ ਜਿਹੜਾ ਉਹ ਕੀ ਹੁੰਦਾ ਵੀ ਘਟਦਾ ਹੈ ਜਦੋਂ ਆਪਾਂ ਖੱਬੇ ਤੋਂ ਸੱਜੇ ਜਦੋਂ ਆਪਾਂ ਉੱਪਰ ਤੋਂ ਨੀਚੇ ਆਉਣਾ 타ਤਮੀ ਗੁਣ ਵੱਧਦਾ ਹੈ ਖੱਬੇ ਤੋਂ ਸੱਜੇ ਘਟਦਾ ਹੈ ਠੀਕ ਹੈ ਬੇਟਾ ਅਗਲਾ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਜਾਂਦੇ ਪਰਮਾਣੂ ਦੇ ਆਕਾਰ ਵਿੱਚ ਕੀ ਤਬਦੀਲੀ ਹੁੰਦੀ ਹੈ ਕੀ ਤਬਦੀਲੀ ਹੁੰਦੀ ਹੈ ਵੱਧਦਾ ਹੈ ਜਦੋਂ ਆਪਾਂ ਉੱਪਰ ਤੋਂ نیچے ਵੱਲ ਆਉਂਦੇ ਹਰੇਕ ਅਗਲਾ ਇਲੈਕਟ੍ਰੋਨ ਅਗਲੇ ਸ਼ੈੱਲ ਦੇ ਵਿੱਚ ਮਤਲਬ ਸ਼ੈੱਲ ਹੀ ਵੱਧ ਜਾਂਦਾ ਹੈ ਪਹਿਲੇ ਗਰੁੱਪ ਦੇ ਵਿੱਚ ਕੇ ਸ਼ੈੱਲ ਦੂਜੇ ਦੇ ਵਿੱਚ ਐਲ ਐਮ ਐਨ ਐਮੇ ਵਧਦੇ ਜਾਂਦੇ ਸ਼ੈੱਲ ਵੱਧ ਗਿਆ ਤਾਂ ਸਾਈਜ਼ ਆਟੋਮੈਟਿਕ ਵੱਧ ਗਿਆ ਮਤਲਬ ਪਰਮਾਣੂ ਦਾ ਆਕਾਰ ਉੱਪਰ ਤੋਂ ਹੇਠਾਂ ਜਾਂਦੇ ਵੱਧਦਾ ਹੈ ਅਗਲਾ ਆਧੁਨਿਕ ਵਰਤੀ ਸਾਰਣੀ ਵਿੱਚ 18ਵੇਂ ਤੱਤ ਗਰੁੱਪ ਦੇ ਤੱਤ ਵਿਸ਼ਾਣੂ ਤੁਹਾਨੂੰ ਮੈਂ ਬਲਾਂ ਦੱਸਦਾ ਮੈਂ ਭੁੱਲ ਗਿਆ ਸੀ ਪਹਿਲਾਂ ਵੀ ਜਿਹੜਾ 18ਵਾਂ ਤੱਤ ਹੁੰਦਾ ਉਹ 98 ਗੈਸਿਸ ਦਾ ਗਰੁੱਪ ਹੁੰਦਾ ਹੈ 18ਵਾਂ ਗਰੁੱਪ 98 ਗੈਸਿਸ ਦਾ ਗਰੁੱਪ ਹੈ ਅਕਿਰਿਆਸ਼ੀਲ ਗੈਸਾਂ ਹੁੰਦੀਆਂ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ ਕਿਉਂਕਿ ਉਹਨਾਂ ਦਾ ਔਕਟੇਟ ਕੰਪਲੀਟ ਹੁੰਦਾ ਉਹਨਾਂ ਦੇ ਸ਼ੈਲ ਜਿਹੜੇ ਉਹ ਪੂਰੇ ਇਲੈਕਟ੍ਰੋਨ ਨਾਲ ਭਰੇ ਹੁੰਦੇ ਨੇ ਜਿਵੇਂ ਉਹਦੇ ਵਿੱਚ ਕਿਹੜੇ ਹੁੰਦੇ ਨੇ ਹੀਲੀਅਮ ਨਿਓਨ ਆਰਗਨ ਇਹ ਸਾਰੀਆਂ ਹੁੰਦੀਆਂ ਨੇ ਗੈਸਸ ਅਨਰਟ ਗੈਸਸ ਬੋਲਦੇ ਨੇ ਆਕਿਰਿਆਸ਼ੀਲ ਮਤਲਬ ਕਿਸੇ ਨਾ ਕਿਰਿਆ ਨਹੀਂ ਕਰਦੀਆਂ ਉਦੋਂ ਪਹਿਲਾਂ ਵਾਲਾ 17ਵਾਂ ਗਰੁੱਪ ਹੁੰਦਾ ਉਹ ਹੈਲੋਜਨਾਂ ਵਾਲਾ ਗਰੁੱਪ ਹੁੰਦਾ ਹੈ ਉਹ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੁੰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਇਲੈਕਟ੍ਰੋਨ ਲੈਂਡ ਦੀ ਸਮਰੱਥਾ ਸਾਰੇ ਸਾਰੀ ਅਵਰਤੀ ਸਾਰਣੀ ਦੇ ਵਿੱਚ ਜ਼ਿਆਦਾ ਹੁੰਦੀ ਹੈ ਠੀਕ ਹੈ ਬੇਟਾ ਤਾਦਨਿਕ ਅਵਰਤੀ ਸਾਰਣੀ ਵਿੱਚ 18ਵਾਂ ਗਰੁੱਪ ਦੇ ਤੱਤ ਕਿਹੜੇ ਨੇ ਹੀਲੀਅਮ ਤੇ ਨੀਓਨ ਕਿਉਂਕਿ ਇਹ ਅਕਿਰਿਆਸ਼ੀਲ ਗੈਸਸ ਹਨ ਠੀਕ ਹੈ ਬੇਟਾ ਅੱਗੇ ਆ ਹੈਲੋਜਨ ਗਰੁੱਪ ਹੈ 7ਵੇਂ ਕੁਐਸਚਨ ਚ ਫਲੋਰਿਨ ਕਲੋਰਿਨ ਬ੍ਰੋਮਿਨ ਕਿਸ ਗਰੁੱਪ ਦੇ ਤੱਤ ਹਨ ਕਿਹੜੇ ਦੇ ਤੱਤ ਨੇ ਵੀ ਸਭ ਤੋਂ ਇਲੈਕਟ੍ਰੋਨੈਗੇਟਿਵ ਨੇ 17ਵੇਂ ਗਰੁੱਪ ਦੇ ਤੱਤ ਹਨ ਫਲੋਰਿਨ ਕਲੋਰਿਨ ਤੇ ਬ੍ਰੋਮਿਨ ਅਗਲਾ ਕੁਐਸਚਨ ਹਿਟ ਲਿਖ ਹੈ ਵਿੱਚੋਂ ਉਪਤ ਤੱਤਾਂ ਚੋਂ ਸਿਲੀਕਾਨ ਤੇ ਐਲੂਮੀਨੀਅਮ ਜਰਮੇਨੀਅਮ ਤੇ ਕਾਰਬਨ ਸਿਲੀਕਾਨ ਜਰਮੇਨੀਅਮ ਬੋਰੋਨ ਤੇ ਬ੍ਰੀਲੀਅਮ ਹਰੇਕ ਦੇ ਵਿੱਚ ਇੱਕ ਇੱਕ ਤੱਤ ਹੈ ਜਾਂ ਇੱਕ ਇੱਕ ਧਾਤਾਂ ਜਾਂ ਅਧਾਤਾਂ ਜਿਵੇਂ ਇਹਦੇ ਵਿੱਚ ਧਾਤ ਹੈ ਇਹਦੇ ਵਿੱਚ ਅਧਾਤ ਹੈ ਇਹਦੇ ਵਿੱਚ ਵੀ ਧਾਤ ਹੈ ਆਹ ਦੋਨੇ ਉਪਧਾਤਾਂ ਨੇ ਸਿਲੀਕਨ ਤੇ ਜਰਮੇਨੀਅਮ ਇਹ ਤੁਹਾਨੂੰ ਮੈਂ ਆਧੁਨਿਕ ਵਰਤੀ ਸਾਨੀ ਜਦੋਂ ਦੱਸਿਆ ਸੀ ਉਹਦੇ ਵਿੱਚ ਪਿੰਕ ਦੇ ਕਲਰ ਦਾ ਦੱਸਿਆ ਸੀ ਉਹਦੇ ਵਿੱਚ ਸੀ ਇਹ ਦੋਨੇ ਸਿਲੀਕਨ ਤੇ ਜਰਮੇਨੀਅਮ ਅਗਲਾ ਉੱਪਰ ਤੋਂ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਜਾਣ ਤੇ ਕੀ ਨਹੀਂ ਬਦਲਦਾ ਪਰਮਾਣੂ ਦਾ ਆਕਾਰ ਬਦਲਦਾ ਕਿਉਂਕਿ ਵੱਧਦਾ ਹੈ ਧਾਤਵੀ ਗੁਣ ਵੀ ਵੱਧਦਾ ਹੈ ਸੰਯੋਜਕਤਾ ਪਰਮਾਣੂ ਵਿਸ਼ਾਲਾਂ ਦੀ ਸੰਖਿਆ ਵੀ ਵਾਧੀ ਹੈ ਕੀ ਨਹੀਂ ਵਾਧਦਾ ਵੀ ਕੀ ਨਹੀਂ ਚੇਂਜ ਹੁੰਦਾ ਸੰਯੋਜਕਤਾ ਸੰਯੋਜਕਤਾ ਕਿਸੇ ਵੀ ਗਰੁੱਪ ਦੇ ਵਿੱਚ ਸੰਯੋਜਕਤਾ ਨਹੀਂ ਬਦਲਦੀ ਜਿਵੇਂ ਪਹਿਲੇ ਗਰੁੱਪ ਲਈ ਸੰਯੋਜਕਤਾ 1 ਹੁੰਦੀ ਹੈ ਦੂਜੇ ਗਰੁੱਪ ਲਈ 2 ਹੁੰਦੀ ਹੈ ਤੀਜੇ ਲਈ 3 ਹੁੰਦੀ ਹੈ ਐਵੇਂ ਅੱਗੇ ਪੀਰੀਅਡ 2 ਵਿੱਚ ਸਭ ਤੋਂ ਬਾਹਰੀ ਸ਼ੈਲ ਕਿਹੜਾ ਹੈ ਦੂਜੇ ਪੀਰੀਅਡ ਦੇ ਵਿੱਚ ਕਹਿੰਦੇ ਬਾਹਰੀ ਸ਼ੈਲ ਕਿਹੜਾ ਹੈ ਕਿਹੜਾ ਹੋਏਗਾ ਵੀ ਦੂਜੇ ਪੀਰੀਅਡ ਦੇ ਵਿੱਚ ਬਾਹਰੀ ਸ਼ੈਲ ਪਹਿਲੇ ਲਈ ਕੇ ਹੈ ਗਾ ਪਹਿਲੇ ਪੀੜ ਲਈ ਜੇ ਕੇ ਹੈ ਦੂਜੇ ਲਈ ਕਿਹੜਾ ਹੋਏਗਾ ਫਿਰ ਐਲ ਹੋਏਗਾ ਨਾ ਤਾਂ ਦੂਜੇ ਲਈ ਵਾਰੀ ਛਲ ਕਿਹੜਾ ਹੋਏਗਾ ਐਲ ਹੋਏਗਾ ਅਗਲੀ ਮੈਂਡਲੀ ਦੀ ਵਰਤੀ ਸਾਰਣੀ ਵਿੱਚ ਛੱਡੇ ਗਏ ਖਾਲੀ ਸਥਾਨ ਤੋਂ ਬਾਅਦ ਕਿਹੜਾ ਤੱਤ ਰੱਖਿਆ ਗਿਆ ਕਿਹੜਾ ਤੱਤ ਰੱਖਿਆ ਗਿਆ ਜਰਮਨੀਅਮ ਨੂੰ ਥਾਂ ਛਰਤੀ ਸੀ ਬਾਅਦ ਦੇ ਵਿੱਚ ਉਹ ਰੱਖਿਆ ਗਿਆ ਅੱਗੇ ਮੈਂਡਲੀ ਦੀ ਵਰਤੀ ਸਾਰਣੀ ਦੇ ਵਰਗੀਕਰਨ ਦਾ ਆਧਾਰ ਕੀ ਹੈ ਪਰਮਾਣੂ ਪੰਜ ਦਾ ਬਾਧਾ ਕਰਮ ਉਹਨੇ ਪਰਮਾਣੂ ਪੰਜ ਦੇ ਬਾਧੇ ਕਰਮ ਦੇ ਵਿੱਚ ਤੱਤਾਂ ਨੂੰ ਲਗਾਇਆ ਸੀ ਨਿਊ ਲੈਂਡ ਦਾ ਅਸ਼ਟਕ ਸਿਧਾਂਤ ਕਿਸ ਤੱਕ ਲੱਗ ਹੁੰਦਾ ਬੇਟਾ ਕੈਲਸ਼ੀਅਮ ਤੱਕ ਇਹ ਆਪਾਂ ਉਹ ਨਹੀਂ ਕਰਕੇ ਟੈਨਾਂ ਕੈਲਸ਼ੀਅਮ ਤੱਕ ਲੱਗ ਹੁੰਦਾ ਹੈ ਹੇਠ ਲਿਖੇ ਤੱਤਾਂ ਵਿੱਚੋਂ ਡਾਰਬਨੀਆਂ ਦੀ ਟਿੱਕੜੀ ਚੁਣੋ ਕਿਹੜੀ ਹੈ ਲੀਥੀਅਮ ਸੋਡੀਅਮ ਤੇ ਪੋਟਾਸ਼ੀਅਮ ਦੂਜੀ ਆਪਸ਼ਨ ਸਹੀ ਹੈ ਅਗਲਾ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਨੋਬਲ ਗੈਸਸਾਂ ਦਾ ਹੈ ਨੋਬਲ ਗੈਸਸਾਂ ਮਤਲਬ ਨਾਟ ਗੈਸ ਆਕਿਰਿਆਸ਼ੀਲ ਗੈਸਸ ਕਿਹੜਾ ਵੀ ਹੀਲੀਅਮ ਤੇ ਆਰਗਨ ਇਹ ਨੋਬਲ ਗੈਸਸਾਂ ਦਾ ਗਰੁੱਪ ਹੈ ਇਹ ਨੋਬਲ ਗੈਸਸ ਦਾ ਜੋੜਾ ਹੈ ਹੇਠਾਂ ਦਿੱਤੇ ਹੇਠਾਂ ਦਰਜਿਤ ਤਾਂ ਵਿੱਚੋਂ ਕਿਸ ਤਰ੍ਹਾਂ ਦਾ ਬਾਹਰੀ ਸ਼ੈਲ ਪੂਰਾ ਕਿਹਨਾਂ ਦਾ ਬਾਹਰੀ ਸ਼ੈਲ ਪੂਰਾ ਹੁੰਦਾ ਵੀ ਆਕਿਰਿਆਸ਼ੀਲ ਗੈਸਾਂ ਦਾ ਜਾਂ ਨੋਬਲ ਗੈਸਸ ਦਾ ਨੋਬਲ ਗੈਸ ਕਿਹੜੀ ਇੱਥੇ ਨਿਓਨ ਐਨ ای ਅਗਲਾ ਗਰੁੱਪ 1 ਗਰੁੱਪ 2 ਗਰੁੱਪ 3 ਦੀ ਸੰਯੋਜਕਤਾ ਕਰਮਵਾਰ ਕਿੰਨੀ ਹੋਵੇਗੀ ਗਰੁੱਪ 1 ਦੀ ਸੰਯੋਜਕਤਾ 1 ਹੋਏਗੀ ਗਰੁੱਪ 2 ਦੀ ਸੰਯੋਜਕਤਾ 2 ਹੋਏਗੀ ਗਰੁੱਪ 3 ਦੀ ਸੰਯੋਜਕਤਾ 3 ਹੋਏਗੀ ਤਾਂ ਕਿਹੜੀ ਆਪਸ਼ਨ ਹੈ ਇਹਦੇ ਲਈ ਦੂਜੀ ਆਪਸ਼ਨ ਐਵੇਂ 18ਵਾਂ ਜਿਹੜਾ ਲਾਸਟ ਵਾਲਾ ਆਪਣੇ ਕੋਲ ਗਰੁੱਪ ਹੈ ਉਹਦੀ ਸੰਯੋਜਕਤਾ 0 ਹੁੰਦੀ ਹੈ ਕਿਉਂਕਿ ਉਹ ਨੋਬਲ ਗੈਸਨ ਦਾ ਗਰੁੱਪ ਆ ਕਿਸੇ ਨਾਲ ਰਿਐਕਟ ਨਹੀਂ ਕਰਦਾ ਤੇ ਉਧਰੋਂ ਬਾਅਦ 17 ਹੁੰਦਾ ਉਹਦੀ ਸੰਯੋਜਕਤਾ 1 ਹੁੰਦੀ ਹੈ 16ਵੇਂ ਦੀ ਸੰਯੋਜਕਤਾ 2 ਹੁੰਦੀ ਹੈ ਐਵੇਂ 15ਵੇਂ ਦੀ ਸੰਯੋਜਕਤਾ 3 ਹੁੰਦੀ ਹੈ अगला अठारव हेठ लिखे तत्तों में किड़े तत् अतात्त हैं ये भी तो आप देखिए सज्जे पासे आवरतीसारणी के सजे पास की होंगे तो कि ने भी इतना देखो क्लोरीन बीलीयम आयोडीन कार्बन प्रोमीन सोडियम फ्लोरीन फलोरीन कलोरीन किड़िया ने भी अता पलोरीनते ਕਲੋਰਿਨ ਦੋਵੇਂ ਅਤਾਤਾਂ ਨੇ ਬਾਕੀਆਂ ਦੇ ਵਿੱਚ ਕੋਈ ਇੱਕ ਧਾਤ ਪਾਰਖੀ ਹੈ ਜਾਂ ਉਪਧਾਤ ਪਾਰਖੀ ਆ ਫਲੋਰਿਨ ਤੇ ਕਲੋਰਿਨ ਦੋਨੇ ਅਤਾਤਾਂ ਨੇ ਸਲਫਰ ਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਵੇਗੀ ਇਹ ਮੈਂ ਤੁਹਾਨੂੰ ਕੱਢਣੀ ਸਿਖਾਈ ਸੀ ਸਲਫਰ ਦਾ ਜਿਹੜਾ ਪਰਮਾਣੂ ਅੰਕ ਹੁੰਦਾ 16 ਤੱਕਵੇਂ ਲਿਖਾਂਗੇ 2 8 10 ਹੋ ਗਿਆ ਤੇ 6 16 ਕਿਹੜੀ ਆ ਵੀ ਦੂਜੀ ਆਪਸ਼ਨ ਇਹਦੇ ਲਈ ਸਹੀ ਆਏਗੀ ਹੈਟਲਿਕੇ ਤੱਤਾਂ ਵਿੱਚੋਂ ਕਿਸ ਤੱਤ ਦਾ ਪਰਮਾਣੂ ਆਕਾਰ ਸਭ ਤੋਂ ਵੱਡਾ ਹੈ ਉੱਪਰ ਤੋਂ نیچے ਵੱਲ ਪਰਮਾਣੂ ਆਕਾਰ ਵੱਡਾ ਹੈ ਤਾਂ ਸਭ ਤੋਂ ਪਰਮਾਣੂ ਆਕਾਰ ਵੱਡਾ ਕਿਹਦਾ ਹੋਏਗਾ ਪੋਟਾਸ਼ੀਅਮ ਇਹ ਪਹਿਲੇ ਗਰੁੱਪ ਦੇ ਨੇ ਸਭ ਤੋਂ ਥੱਲੇ ਪੋਟਾਸ਼ੀਅਮ ਆਉਂਦਾ ਹੈ ਤਾਂ ਇਹਦਾ ਆਕਾਰ ਸਭ ਤੋਂ ਵੱਡਾ ਹੈ ਮੈਂਡਲੀਫ ਦੀ ਅਵਰਤੀ ਸਾਰਣੀ ਵਿੱਚ ਕਿਹੜੇ ਤੱਤ ਮੌਜੂਦ ਨਹੀਂ ਸਨ ਇਹ ਤੁਹਾਨੂੰ ਦੱਸਿਆ ਜੀ ਕਿਹੜੇ ਨਹੀਂ ਮੌਜੂਦ ਸੀ ਬੇਟਾ ਹੀਲੀਅਮ ਤੇ ਨਿਓਨ ਆਧੁਨਿਕ ਅਵਰਤੀ ਸਾਰਣੀ ਵਿੱਚ ਵਰਗੀਕਰਨ ਦਾ ਆਧਾਰ ਕੀ ਹੈ ਪਰਮਾਣੂ ਅੰਕ ਦਾ ਵਾਧਾ ਕਰਮ ਆਧੁਨਿਕ ਵਰਤੀ ਸਾਰਨੀ ਵਿੱਚ ਪਰਮਾਣੂ ਅੰਕ ਦਾ ਵਾਧਾ ਕਰਮ ਹੈ ਜਿਹੜੀ ਮੈਂਡਲੀਫ ਦੀ ਸੀ ਉਹਦੇ ਵਿੱਚ ਪਰਮਾਣੂ ਪੁੰਜ ਦਾ ਵਾਧਾ ਕਰਮ ਆਧਾਰ ਲਿਆ ਗਿਆ ਸੀ ਗਰੁੱਪ 17 ਤੇ ਗਰੁੱਪ 18 ਦੇ ਕਰਮਵਰ ਤੱਤ ਕਿਹੜੇ ਨੇ ਗਰੁੱਪ 17 ਦੇ ਵਿੱਚ ਹੈਲੋਜਨ ਆਉਂਦੇ ਨੇ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਤੇ ਗਰੁੱਪ 18 ਦੇ ਵਿੱਚ ਆਕਰਸ਼ੀਲ ਗੈਸਾਂ ਨੋਬਲ ਗੈਸਸਾਂ ਆਉਂਦੀਆਂ ਨੇ ਦੇਖੋ ਬੇਟਾ ਤਾਂ ਕਿਹੜੇ ਨੇ ਗਰੁੱਪ 17 ਦਾ ਇੱਥੇ ਐਲੀਮੈਂਟ ਹੈਗਾ ਕਲੋਰੀਨ ਤੇ ਗਰੁੱਪ 18 ਦਾ ਆਰਗਨ ਠੀਕ ਹੈ ਬੇਟਾ ਦੂਜੀ অপਸ਼ਨ ਇਹਦੇ ਲਈ ਸਹੀ ਆਏਗੀ ਇਹਨਾਂ ਵਿੱਚੋਂ ਕਿਸ ਤੱਤ ਦਾ ਧਾਤਵੀ ਗੁਣ ਸਭ ਤੋਂ ਵੱਧ ਹੈ ਉੱਪਰ ਤੋਂ ਨੀਚੇ ਵੱਲ ਜਦੋਂ ਆਪਾਂ ਆਉਣੇ ਹਨ ਤਾਂ ਧਾਤਵੀ ਗੁਣ ਵੱਧ ਆ ਜਾਂਦਾ ਹੈ ਤਾਂ ਇਸ ਕਰਕੇ ਪੋਟਾਸ਼ੀਅਮ ਹੈ ਜਿਹੜਾ ਉਹਦਾ ਧਾਤਵੀ ਗੁਣਾ ਜਿਹੜਾ ਉਹ ਸਭ ਤੋਂ ਵੱਧ ਹੈ ਅਗਲਾ ਕੁਐਸਚਨ ਦੇਖੋ ਬੇਟਾ ਮੈਂਡਲੀਫ ਦੀ ਵਰਤੀ ਸਾਰਣੀ ਕਦੋਂ ਤੇ ਕਿੱਥੇ ਪ੍ਰਕਾਸ਼ਿਤ ਹੋਈ ਦੱਸਿਆ ਸੀ ਤੁਹਾਨੂੰ ਮੈਂਡਲੀਫ ਦੀ 1872 ਦੇ ਵਿੱਚ ਜਰਮਨ ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਅੱਗੇ ਕਿਸ ਤਾਦ ਦੇ 바ਰੀ ਸ਼ੈਲ ਵਿੱਚ ਇੱਕ ਇਲੈਕਟ੍ਰੋਨ ਹੈ ਕਿਸ ਦੇ ਵਿੱਚ ਹੋਊਗਾ ਜਿਹੜਾ ਪਹਿਲੇ ਗਰੁੱਪ ਦੇ ਵਿੱਚ ਹੋਊਗਾ ਉਹਦੇ ਵਿੱਚ ਇਲੈਕਟ੍ਰੋਨ ਹੋਊਗਾ 바ਰੀ ਸ਼ੈਲ ਵਿੱਚ ਕਿਹੜਾ ਪਹਿਲੇ ਗਰੁੱਪ ਵਾਲਾ ਸੋਡੀਅਮ ਸੋਡੀਅਮ ਤੇ 바ਰੀ ਸ਼ੈਲ ਵਿੱਚ ਇੱਕ ਇਲੈਕਟ੍ਰੋਨ ਹੈ ਜਿਵੇਂ ਮੈਂ ਤੁਹਾਨੂੰ ਕਰਕੇ ਵੀ ਦਿਖਾ ਦੇਣਾ ਇਲੈਕਟ੍ਰੋਨਿਕ ਤਰਤੀਬ ਤੋਂ ਪਤਾ ਲੱਗ ਜਾਏਗਾ ਸੋਡੀਅਮ ਦਾ ਪਰਮਾਣੂ ਅੰਕ 11 ਹੁੰਦਾ ਇਲੈਕਟ੍ਰੋਨਿਕ ਤਰਤੀਬ ਲਿਖੋ 2 8 10 ਤੇ ਇੱਕ 바ਰੀ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਨੇ ਬੇਟਾ ਇੱਕ ਇਲੈਕਟ੍ਰੋਨ ਐਵੇਂ ਤੂੰ ਸਾਰਿਆਂ ਦਾ ਲਿਖ ਸਕਦੇ ਹੋ ਅੱਗੇ 8 ਲਿਖੇ ਤੱਤਾਂ ਵਿੱਚ ਆ ਕਿਰਿਆਸ਼ੀਲ ਤੱਤ ਕਿਹੜਾ ਹੈ ਕਿਹੜਾ ਹੋਊਗਾ ਜਿਹੜਾ ਨੋਬਲ ਗੈਸਨ ਦੇ ਗਰੁੱਪ ਚਾਊਗਾ 18ਵੇਂ ਚ ਕਿਹੜਾ ਵੀ ਨਿਓਨ ਉਹ ਕਿਰਿਆਸ਼ੀਲ ਤੱਤ ਹੈ ਕਿਸ ਤੱਤ ਦੀ ਇਲੈਕਟ੍ਰੋਨੇਗੇਟਿਵਿਟੀ ਵੱਧ ਹੈ ਕਿਸ ਤੱਤ ਦੀ ਇਲੈਕਟ੍ਰੋਨੇਗੇਟਿਵਿਟੀ ਵੱਧ ਹੈ ਬੇਟਾ ਫਲੋਰਿਨ ਦੀ ਜਿਹੜਾ 17ਵਾਂ ਗਰੁੱਪ ਆ ਉਹ ਮੋਸਟ ਇਲੈਕਟ੍ਰੋਨੈਗੇਟਿਵ ਗਰੁੱਪ ਆ ਤੇ ਉਹਦੇ ਵਿੱਚ ਵੀ ਜਿਹੜਾ ਟੌਪ ਤੇ ਆਉਂਦਾ ਐਲੀਮੈਂਟ ਫਲੋਰਿਨ ਉਹਦੀ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਹੈ। ਬਿਜਲੀ ਰੇਣ ਮਤਲਬ ਇਲੈਕਟ੍ਰੋਨ ਨੂੰ ਖਿੱਚਣ ਦੀ ਸਮਰੱਥਾ। ਅਗਲਾ ਕੁਐਸਚਨ ਹੇਠ ਲਿਖੇ ਵਿਕਲਪਾਂ ਅਨਸਾਰ ਕਿਹੜਾ ਵਿਕਲਪ ਮੈਂਡਲੀਵ ਦੀ ਵਰਤੀ ਸਾਰਣੀ ਦੀ ਸੀਮਾ ਨਹੀਂ ਹੈ? ਕੀ ਸੀਮਾ ਨਹੀਂ ਹੈ ਵੀ? ਹਾਈਡਰੋਜਨ ਦੀ ਸਥਿਤੀ ਵੀ ਉਹਦੀ ਸੀਮਾ ਸੀ। ਸਮਸਥਾਨਿਕ ਦਿੱਸਯਤੀ ਵੀ ਸੀਮਾ ਸੀ ਨੋਲਗੈਸਾਂ ਦੀ ਖੋਜ ਨਹੀਂ ਕਰ ਪਾਇਆ ਸੀ ਉਹ ਵੀ ਉਹਦੀ ਸੀਮਾ ਸੀ ਇਹ ਇਹਦੀ ਸੀਮਾ ਨਹੀਂ ਹੈ ਭਵਿਕ ਵਿੱਚ ਖੋਜੇ ਜਾਣ ਵਾਲੇ ਤੱਤਾਂ ਲਈ ਖਾਲੀ ਥਾਂ ਨਹੀਂ ਛੱਡੀ ਸੀ ਉਹ ਖੋਜੇ ਵੀ ਗਏ ਸੀ ਜਿਹੜੀ ਉਹਨੇ ਥਾਂ ਛੱਡੀ ਸੀ ਜਿਵੇਂ ਜਰਮੇਨੀਅਮ ਵਾਸਤੇ ਛੱਡੀ ਸੀ ਉਹਨਾਂ ਅਗਲਾ ਸਮਸਥਾਨਕ ਹੁੰਦੇ ਨੇ ਕੀ ਹੁੰਦੇ ਨੇ ਵੀ ਜਿਨ੍ਹਾਂ ਦਾ ਪਰਮਾਣੂ ਅੰਕ ਤਾਂ ਸਮਾਨ ਹੋਵੇ ਤੇ ਪਰਮਾਣੂ ਪੁੰਜ ਵੱਖ ਹੋਵੇ ਜਿਹੜਾ ਇਹ ਦੂਜੀ অপਸ਼ਨ ਪਰਮਾਣੂ ਅੰਕ ਸਮਾਨ ਤੇ ਪਰਮਾਣੂ ਪੁੰਜ ਵੱਖ ਹੋਵੇ ਆਧੁਨਿਕ ਵਰਤੀ ਸਾਰਨੀ ਵਿੱਚ ਕਿੰਨੇ ਗਰੁੱਪ ਤੇ ਕਿੰਨੇ ਪੀਰੀਅਡ ਹਨ ਆਧੁਨਿਕ ਵਰਤੀ ਸਾਰਨੀ ਵਿੱਚ 18 ਗਰੁੱਪ ਤੇ 7 ਪੀਰੀਅਡ ਹਨ ਕਿਹੜਾ ਆਪਸ਼ਨ ਤੀਜੀ ਆਪਸ਼ਨ ਅਗਲਾ ਤਾਤਾਂ ਕਿਹੜੇ ਆਕਸਾਈਡ ਬਣਾਉਂਦੀਆਂ ਹਨ ਖਾਰੀ ਆਕਸਾਈਡ ਤਾਤਾਂ ਬਣਾਉਂਦੀਆਂ ਇਹ ਪਾ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਮੈਟ ਤਾਤਾਂ ਤੇ ਅਤਾਤਾਂ ਦੇ ਵਿੱਚ ਤਾਤਾਂ ਆਕਸਾਈਡ ਕਿਹੜੇ ਬਣਾਉਂਦੀਆਂ ਨੇ ਖਾਰੀ ਅਤਾਤਾਂ ਜਿਹੜੀਆਂ ਉਹ ਮੋਸਟਲੀ ਤੇਜਾਬੀ ਬਣਾਉਂਦੀਆਂ ਜਾਂ ਦਾਸੀਨ ਵੀ ਬਣਾਉਂਦੀਆਂ ਪਰ ਜ਼ਿਆਦਾਤਰ ਤੇਜਾਬੀ ਬਣਾਉਂਦੀਆਂ ਤਾਤਾਂ ਤਾਤਾਂ ਖਾਰੀ ਬਣਾਉਂਦੀਆਂ ਅਗਲਾ ਜਹਾਨ ਨਿਊਲੈਂਡ ਨੇ ਕਿਸ ਤੱਕ ਤੱਤ ਤੱਤਾਂ ਦਾ ਵਰਗੀਕਰਨ ਕੀਤਾ ਕਿੱਥੋਂ ਤੋਂ ਕਿੱਥੇ ਦਾ ਕੀਤਾ ਸੀ ਬੇਟਾ ਹਾਈਡਰੋਜਨ ਤੋਂ ਲੈ ਕੇ ਥੋਰੀਅਮ ਤੱਕ ਕੀਤਾ ਸੀ ਅਗਲਾ ਕੁਐਸਚਨ 34ਵਾਂ ਜਹਾਨ ਨਿਊਲੈਂਡ ਦੀ ਕਲਪਨਾ ਅਨੁਸਾਰ ਕੁਦਰਤ ਵਿੱਚ ਕਿੰਨੇ ਤੱਤ ਸਨ ਕਿੰਨੇ ਤੱਤਾਂ ਦਾ ਵਰਗੀਕਰਨ ਕੀਤਾ ਸੀ ਉਹਨੇ 56 ਤੱਕ 56ਵਾਂ ਤੱਤ ਕੀ ਸੀਗਾ ਥੋਰੀਅਮ ਸੀ ਤਾਂ ਨੇ ਉਦੋਂ ਕਿੰਨੇ ਤੱਤ ਕਿਹਾ ਸੀਗਾ ਕੁਦਰਤ ਵਿੱਚ ਕਿੰਨੇ ਤੱਤ ਨੇ 56 ਤੱਤ ਮੌਜੂਦ ਨੇ ਅਗਲਾ ਕੁਐਸਚਨ ਡਾਵਨੀਆ ਉਸ ਸਮੇਂ ਤੱਕ জ্ঞাত ਤੱਤਾਂ ਵਿੱਚੋਂ ਕਿੰਨੀਆਂ ਟਿਕੜੀਆਂ ਬਣਾ ਸਕਿਆ ਕਿੰਨੀਆਂ ਬਣਾ ਸਕਿਆ ਬੇਟਾ ਤਿੰਨ ਇਹ ਤੁਹਾਨੂੰ ਮੈਂ ਟਿਕੜੀਆਂ ਬਾਰੇ ਦੱਸ ਵੀ ਦਿੱਤਾ ਸੀ ਤਿੰਨ ਟਿਕੜੀਆਂ ਬਣਾਈਆਂ ਸੀ ਦੁਆਰਾ ਦੱਸ ਦੇਣਾ ਪਹਿਲੀ ਟਿਕੜੀ ਸੀ ਲੀਥੀਅਮ ਸੋਡੀਅਮ ਤੇ ਪੋਟਾਸ਼ੀਅਮ ਦੀ ਦੂਜੀ ਸੀ ਕੈਲਸ਼ੀਅਮ ਸਟ੍ਰੋਂਸ਼ੀਅਮ ਬੇਰੀਅਮ ਦੀ ਅਗਲੀ ਸੀ ਕੈਲਸ਼ੀਅਮ ਕਲੋਰਿਨ ਬ੍ਰੋਮਿਨ ਤੇ ਆयोडीਨ ਦੀ ਤਿੰਨ ਟਿਕੜੀਆਂ ਹੀ ਬਣਾ ਸਕਿਆ ਅਗਲਾ ਕੁਐਸਚਨ ਆਧੁਨਿਕ ਅਵਰਤੀ ਸਾਰਣੀ ਵਿੱਚ ਗਰੁੱਪ 1 ਦੇ ਤੱਤ ਦੱਸੋ ਕਿਹੜੇ ਗਰੁੱਪ 1 ਦੇ ਵਿੱਚ ਆਉਂਦੇ ਨੇ ਕਿਹੜੇ ਆਉਂਦੇ ਨੇ ਬੇਟਾ ਗਰੁੱਪ 1 ਦੇ ਵਿੱਚ ਹਾਈਡਰੋਜਨ ਤੇ ਲੀਥੀਅਮ ਠੀਕ ਹੈ ਇੱਕ ਗਰੁੱਪ ਪਹਿਲੇ ਗਰੁੱਪ ਦੇ ਤੱਤ ਹਨ ਅਗਲਾ ਸੈਂਤੀਮਾ ਲਿਥੀਅਮ ਤੇ ਬ੍ਰੀਲੀਅਮ ਦੀ ਕਰਮਬਾਰ ਸੰਯੋਜਕਤਾ ਹੈ ਲਿਥੀਅਮ ਪਹਿਲੇ ਗਰੁੱਪ ਚ ਆਉਂਦਾ ਹੈ ਬ੍ਰੀਲੀਅਮ ਦੂਜੇ ਗਰੁੱਪ ਚ ਆਉਂਦਾ ਹੈ ਤਾਂ ਇਹਦੀ ਕੀ ਆ ਵੀ ਪਹਿਲੇ ਗਰੁੱਪ ਦੀ ਇੱਕ ਸੰਯੋਜਕਤਾ ਦੂਜੇ ਗਰੁੱਪ ਦੇ ਤਾਤ ਦੀ ਸੰਯੋਜਕਤਾ ਦੋ ਅਗਲਾ ਕੁਐਸਚਨ ਅਵਰਤੀ ਸਾਰਣੀ ਵਿੱਚ ਤਾਤਾਂ ਅਤੇ ਅਤਾਤਾਂ ਕਰਮਬਾਰ ਕਿੱਥੇ ਮੌਜੂਦ ਹੁੰਦੀਆਂ ਹਨ ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਅਵਰਤੀ ਸਾਰਣੀ ਦੇ ਵਿੱਚ ਖੱਬੇ ਪਾਸੇ ਤਾਤਾਂ ਹੁੰਦੀਆਂ ਤੇ ਸੱਜੇ ਪਾਸੇ ਅਤਾਤਾ ਹੁੰਦੀਆਂ ਤਾਤਾ ਤਾਂ ਤੇ ਅਤਾਤਾ ਦੋਨਾਂ ਦੇ ਵਿਚਕਾਰ ਉਪਤਾਤਾ ਹੁੰਦੀਆਂ ਤਾਂ ਕੀ ਉੱਤਰ ਆਏਗਾ ਤਾਤਾ ਖੱਬੇ ਪਾਸੇ ਤੇ ਤਾਤਾ ਸੱਜੇ ਪਾਸੇ ਹੁੰਦੀਆਂ ਪਹਿਲੀ ਆਪਸ਼ਨ ਸਹੀ ਆਏਗੀ ਤਤਾਂ ਦੇ ਵਰਗੀਕਰਨ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀ ਕਰਮਵਾਰ ਹਨ ਕਿਹੜੇ-ਕਿਹੜੇ ਨੇ ਵੀ ਕਰਮਵਾਰ ਲਾਉਣੇ ਨੇ ਵੀ ਪਹਿਲਾਂ ਕਿਹੜਾ ਆਇਆ ਸੀ ਬਾਅਦ ਚ ਕਿਹੜਾ ਤਾਂ ਪਹਿਲਾਂ ਕਿਹੜਾ ਆਇਆ ਸੀ ਬੇਟਾ ਡਾਰਵਨੀਅਰ ਨੇ ਤਿਕੜੀਆਂ ਬਣਾਈਆਂ ਸੀਆਂ ਫਿਰ ਬਾਅਦ ਚ ਨਿਊਲੈਂਡ ਨੇ ਅਸ਼ਟਕ ਬਣਾਈ ਸੀ ਫਿਰ ਮੈਂਡਲੀਫ ਨੇ ਸਾਰਣੀ ਬਣਾਈ ਸੀ ਉਸ ਤੋਂ ਬਾਅਦ ਹੈਨਰੀ ਮੋਸਲੇ ਨੇ ਆਧੁਨਿਕ ਅਵਰਤੀ ਸਾਰਣੀ ਬਣਾਈ ਸੀ ਇਹਦੇ ਲਈ ਦੂਜੀ ਆਪਸ਼ਨ ਸਹੀ ਆਏਗੀ ਕਿਸ ਤੱਤ ਦੇ ਬਾਹਰੀ ਸਭ ਤੋਂ ਬਾਹਲੇ ਸ਼ੈਲ ਵਿੱਚ ਦੋ ਇਲੈਕਟ੍ਰੋਨ ਹਨ ਕਿਹੜੇ ਦੇ ਵਿੱਚ ਦੋ ਇਲੈਕਟ੍ਰੋਨ ਹੋਣਗੇ ਜਿਹੜਾ ਦੂਜੇ ਗਰੁੱਪ ਦਾ ਐਲੀਮੈਂਟ ਹੋਊਗਾ ਜਿਹੜਾ ਦੂਜੇ ਗਰੁੱਪ ਦਾ ਤੱਤ ਹੋਊਗਾ ਦੂਜੇ ਗਰੁੱਪ ਦਾ ਕਿਹੜਾ ਵੀ ਮੈਗਨੀਸ਼ੀਅਮ ਜਾਂ ਤੁਹਾਨੂੰ ਪਤਾ ਹੈ ਇਹਨਾਂ ਦੇ ਪਰਮਾਣੂ ਅੰਕ ਤੁਹਾਡੇ ਯਾਦ ਨੇ ਤਾਂ ਮੈਗਨੀਸ਼ੀਅਮ ਦਾ 12 ਹੁੰਦਾ ਹੈ ਤਾਂ ਆਪਾਂ ਦੇਖ ਲਾਂਗੇ ਇਲੈਕਟ੍ਰੋਨ ਦੀ ਤਰਤੀਬ ਬਣਾ ਕੇ 2 8 10 ਤੇ 2 12 ਤਾਂ ਮੈਗਨੀਸ਼ੀਅਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ ਬਾਹਰੀ ਤੱਤ ਵਿੱਚ ਬਾਹਰੀ ਸ਼ੈਲ ਵਿੱਚ 2 ਠੀਕ ਹੈ ਬੇਟਾ ਇਹੋ ਜਿਹਾ ਕੁਐਸਚਨ ਆਉਂਦਾ ਤੁਹਾਨੂੰ ਤਾਂ ਪਰਮਾਣੂ ਅੰਕ ਤੋਂ ਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਇਲੈਕਟ੍ਰੋਨਿਕ ਤਰਤੀਬ ਜਦੋਂ ਲਿਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਇਸ ਦੇ ਬਾਹਰੀ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਹਨ ਅੱਗੇ ਤਤ ਜਿਸ ਵਿੱਚ ਜਿਸ ਵਿੱਚ ਦੋ ਸ਼ੈਲ ਹਨ ਤੇ ਦੋਵੇਂ ਸ਼ੈਲ ਇਲੈਕਟ੍ਰੋਨਾਂ ਨਾਲ ਪੂਰਨ ਰੂਪ ਵਿੱਚ ਭਰੇ ਹੋਏ ਹਨ ਤਾਂ ਪਹਿਲਾਂ ਤਾਂ ਜਿਹੜੇ ਵਿੱਚ ਪੂਰੇ ਭਰੇ ਹੁੰਦੇ ਨੇ ਉਹ ਕਿਹੜਾ ਦੇ ਆ ਕਿਹੜੇ ਤੱਤ ਹੁੰਦੇ ਆ ਵੀ ਨੋਬਲ ਗੈਸਾਂ ਹੁੰਦੀਆਂ ਆ ਗ੍ਰੈਸ਼ੀਅਲ ਤੱਤ 18ਵੇਂ ਗਰੁੱਪ ਦੇ ਤੱਤ ਹੋਣਗੇ ਉਹ ਤਾਂ ਕਿਹੜਾ ਇੱਥੇ ਕਿਹੜਾ 18ਵੇਂ ਦਾ ਨਿਓਨ ਨਿਓਨ ਗੈਸ ਹੈ ਜਿਹਦਾ ਪਰਮਾਣੂ ਅੰਕ 10 ਹੁੰਦਾ ਇਲੈਕਟ੍ਰੋਨਿਕ ਤਰਤੀਬ ਜੇ ਆਪਾਂ ਲਿਖੀਏ 2 8 ਪਰੇ ਹੋਏ ਨੇ ਪਹਿਲੇ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਪੂਰੇ ਭਰੇ ਨੇ ਦੂਜੇ ਦੇ ਵਿੱਚ ਅੱਠ ਇਲੈਕਟ੍ਰੋਨ ਪੂਰੇ ਭਰੇ ਹੋਏ ਹਨ ਠੀਕ ਹੈ ਬੇਟਾ ਦੇਲੀ ਨਿਓਨ ਸਹੀ ਆਪਸ਼ਨ ਆਏਗੀ ਉਹ ਤੱਤ ਜਿਸ ਵਿੱਚ ਤਿੰਨ ਸ਼ੈਲ ਹਨ ਬਾਹਰੀ ਸ਼ੈਲ ਵਿੱਚ ਚਾਰ ਇਲੈਕਟ੍ਰੋਨ ਭਰੇ ਹੋਏ ਨੇ ਬਲਤ ਤਿੰਨ ਸ਼ੈਲ ਨਹੀਂ ਬਾਹਰੀ ਦੇ ਵਿੱਚ ਚਾਰ ਇਲੈਕਟ੍ਰੋਨ ਨੇ ਠੀਕ ਹੈ ਤੱਤ ਪਹਿਲੇ ਦੇ ਵਿੱਚ ਕਿੰਨੇ ਹੋਣਗੇ ਦੋ ਦੂਜੇ ਦੇ ਵਿੱਚ ਕਿੰਨੇ ਹੋਣਗੇ ਅੱਠ ਬਾਹਰੀ ਸ਼ੈਲ ਦੇ ਵਿੱਚ ਕਿੰਨੇ ਹੋਣਗੇ ਚਾਰ ਇਹ ਚਾਰ ਕਿਹਾ ਨਾ ਇਹਨਾਂ ਨੇ ਤਾਂ ਬਣਾਓ ਕਿੰਨੇ ਹੋਗੇ ਦੋ ਤੇ ਅੱਠ 10 ਤੇ ਚਾਰ 14 14 ਕਿਹਦਾ ਹੁੰਦਾ ਵੀ ਪਰਮਾਣੂ ਅੰਕ ਸਿਲੀਕਨ ਦਾ ਹੁੰਦਾ ਤਾਂ ਇਹਦੇ ਲਈ ਸਿਲੀਕਨ ਸਹੀ ਆਪਸ਼ਨ ਆਏਗਾ ਅਗਲਾ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ 2 8 7 ਹੈ ਕਿਸ ਤੱਤ ਦੀ ਰਸਾਇਣਿਕ ਸਮਾਨਤਾ ਇਸ ਤੱਤ ਦੀ ਰਸਾਇਣਿਕ ਸਮਾਨਤਾ ਕਿਸ ਤੱਤ ਨਾਲ ਹੋਵੇਗੀ ਕਿਹਦੇ ਨਾਲ ਮਿਲੂਗਾ ਠੀਕ ਹੈ ਇਹ ਤਾਂ ਪਹਿਲਾਂ ਤਾਂ ਪਰ ਤੱਤਿਆਂ ਲਈ ਵੀ ਕਿਹੜਾ ਹੈ 2 8 10 ਤੇ 7 17 ਕਲੋਰੀਨ ਇਹ ਕਲੋਰੀਨ ਆ ਬੇਟਾ ਇਹ ਹੈਲੋਜਨ ਗਰੁੱਪ ਦੇ ਵਿੱਚ ਆਉਂਦਾ 17ਵੇਂ ਗਰੁੱਪ ਦੇ ਵਿੱਚ ਆਉਂਦਾ ਅਗਰ ਕੋਈ 17ਵੇਂ ਗਰੁੱਪ ਵਾਲਾ ਹੋ ਰਿਹਾ ਇੱਥੇ ਹੈਗਾ ਤਾਂ ਉਹਦੇ ਨਾਲ ਮਿਲੂਗੀ ਜਿਵੇਂ ਇੱਥੇ ਕਿਹੜਾ ਹੈ ਫਲੋਰਿਨ ਮਤਲਬ ਜਾਂ ਆਪਾਂ ਤੁਸੀਂ ਇਲੈਕਟ੍ਰੋਨਿਕ ਤਰਤੀਬ ਦੇ ਹਿਸਾਬ ਨਾਲ ਵੀ ਦੇਖ ਸਕਦੇ ਹੋ ਸਮਾਨਤਾ ਸਾਰਿਆਂ ਦੀ ਇਲੈਕਟ੍ਰੋਨਿਕ ਤਰਤੀਬ ਲਿਖੋ ਜਿਵੇਂ ਮੈਂ ਇੱਥੇ ਕਹ ਲਈ ਫਲੋਰਿਨ ਦੀ ਲਿਖਦਾ ਫਲੋਰਿਨ ਦਾ ਜਿਹੜਾ ਪਰਮਾਣੂ ਕੋ 9 ਹੁੰਦਾ ਹੈ ਤਾਂ ਉਹਦੀ ਤਰਤੀਬ ਕੀ ਆਏਗੀ 2 7 ਇਹਦੇ ਬਾਹਰ ਹੀ ਚੱਲਦੇ ਵਿੱਚ ਵੀ ਕਿੰਨੇ ਇਲੈਕਟ੍ਰੋਨ ਨੇ 7 ਜਿਹੜਾ ਪੰਦਤਾ ਉਹਦੇ ਵੀ ਕਿੰਨੇ ਨੇ 7 ਤਾਂ ਉਹ 7 ਨਾਲ ਇਸ ਦੀ ਰਸਾਇਣਿਕ ਸਮਾਨਤਾ ਹੈ ਤਾਂ ਇਸ ਲਈ ਸਹੀ ਉੱਤਰ ਕੀ ਆਏਗਾ ਫਲੋਰਿਨ ਆਏਗਾ ਐਫ 44ਵਾਂ ਅਤਾਤਾਂ ਅਤੇ ਨੋਬਲ ਗੈਸਸ ਗੈਸਾਂ ਕਰਮਵਰ ਕਿਸ ਗਰੁੱਪ ਵਿੱਚ ਆਉਂਦੀਆਂ ਹਨ ਠੀਕ ਹੈ ਵੀ ਅਤਾਤਾਂ ਅਤੇ ਨੋਬਲ ਗੈਸਸ ਕਿਸ ਗਰੁੱਪ ਵਿੱਚ ਆਉਂਦੀਆਂ ਹਨ ਇਹ ਮੈਂ ਤੁਹਾਨੂੰ ਦੱਸਿਆ ਹੀ ਹੈ ਕਿਹੜੇ ਗਰੁੱਪ ਚ ਆਉਂਦੀਆਂ ਵੀ ਨੋਬਲ ਗੈਸਸ ਦੱਸਿਆ ਮੈਂ ਤੁਹਾਨੂੰ 18 ਇੱਥੇ ਥੋੜਾ ਜਿਹਾ ਕੁਐਸਚਨ ਦੇ ਵਿੱਚ ਵੀ ਦਿੱਕਤ ਆਇਆ ਅਤਾਤਾਂ ਨਹੀਂ ਲਿਖਣਾ ਸੀ ਇੱਥੇ ਇੱਥੇ ਹੈਲੋਜਨ ਗਰੁੱਪ ਲਿਖਣਾ ਸੀ ਅਤਾਤਾਂ ਕਈ ਗਰੁੱਪਾਂ ਦੇ ਵਿੱਚ ਆਉਂਦੀਆਂ ਅਤਾਤਾਂ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਆਪਾਂ ਇਹ ਸਾਰੀਆਂ 13 13ਵੇਂ ਗਰੁੱਪ 'ਚ ਵੀ ਅਤਾਤਾਂ ਨੇ 14ਵੇਂ 'ਚ ਵੀ ਅਤਾਤਾਂ ਨੇ 15ਵੇਂ 'ਚ ਵੀ 16ਵੇਂ 'ਚ ਵੀ ਠੀਕ ਹੈ ਤਾਂ ਬੱਸ ਇਸ ਬਾਰੇ ਨਹੀਂ ਕਹਿ ਸਕਦੇ ਨੋਬਲ ਗੈਸਸ ਆ ਜਿਹੜੀਆਂ ਉਹ 18ਵੇਂ ਗਰੁੱਪ 'ਚ ਆਉਂਦੀਆਂ ਨੇ ਤਾਂ ਇਹ ਕੁਐਸਚਨ ਦੇ ਵਿੱਚ ਥੋੜੀ ਜੀ ਦਿੱਕਤ ਹੈ ਥੋੜਾ ਜਿਹਾ ਗਲਤ ਕੁਐਸਚਨ ਪਾਰ ਕਰਿਆ ਅਗਰੇ ਪੁੱਛ ਲੈਂਦੇ ਆਪਾਂ ਨੂੰ ਹੈਲੋਜਨ ਠੀਕ ਹੈ ਤੇ ਨੋਬਲ ਗੈਸਾਂ ਕਿਹੜੇ ਗਰੁੱਪ ਚ ਆਉਂਦੀਆਂ ਤਾਂ ਆਪਾਂ ਕੀ ਲਾਉਣਾ ਸੀ ਗਰੁੱਪ 17 ਤੇ ਗਰੁੱਪ 18 ਵਿੱਚ ਆਉਂਦੀਆਂ ਅਗਲਾ ਕੁਐਸਚਨ ਆਧੁਨਿਕ ਵਰਤੀ ਸਾਰਣੀ ਵਿੱਚ ਸਭ ਤੋਂ ਹੇਠਾਂ ਜਿਹੜੇ ਤੱਤ ਮੌਜੂਦ ਹਨ ਕਿਹੜੇ ਨੇ ਵੀ ਜਿਹੜੇ ਦੋ ਤੁਸੀਂ ਆਧੁਨਿਕ ਸਾਰਣੀ ਦੇ ਵਿੱਚ ਦੇਖੇ ਨੇ ਉਹ ਕਿਹੜੇ ਹੁੰਦੇ ਨੇ ਲੈਂਥਨੋਇਡ ਤੇ ਐਕਟਿਨੋਇਡ ਆ ਜਿਹੜੇ ਉਹ ਅਲੱਗ ਕੱਡੇ ਹੁੰਦੇ ਨਹੀਂ ਠੀਕ ਹੈ ਉਹ ਅਲੱਗ ਲਿਖੇ ਹੁੰਦੇ ਨੇ ਉਹ ਸਭ ਤੋਂ ਹੇਠਾਂ ਲਿਖੇ ਹੁੰਦੇ ਨੇ ਲੈਂਥਨਾਈਡ ਤੇ ਐਕਟਿਨਾਈਡ ਆਧੁਨਿਕ 32 ਸੰਨ ਵੀ ਸਭ ਤੋਂ ਹੇਠਾਂ ਮੌਜੂਦ ਹਨ ਅੱਗੇ ਸੋਡੀਅਮ ਅਤੇ ਐਲੂਮੀਨੀਅਮ ਦਾ ਕਰੰਬਰ ਪਰਮਾਣੂ ਅੰਕ ਕੀ ਹੈ ਜਿਵੇਂ ਤੁਹਾਨੂੰ ਯਾਦ ਕਰਨ ਨੂੰ ਕਿਹਾ ਵੀ 30 ਤੱਕ ਤੁਸੀਂ ਯਾਦ ਕਰਨੀਆਂ ਠੀਕ ਹੈ ਸੋਡੀਅਮ ਦਾ ਹੁੰਦਾ 11 ਪਰਮਾਣੂ ਅੰਕ ਤੇ ਐਲੂਮੀਨੀਅਮ ਦਾ ਹੁੰਦਾ 13 ਤਾਂ 11 ਤੇ 13 ਤੀਜੀ অপਸ਼ਨ ਇਹਦੇ ਲਈ ਸਹੀ ਆਏਗੀ ਪ੍ਰमाणੂ ਅੰਕ 8 ਅਤੇ 19 ਦੇ ਤੱਤਾਂ ਦੇ ਕਰਮਵਾਰ ਨਾਮ ਕੀ ਹਨ 8 ਆ ਜਿਹੜਾ ਉਹ ਆਕਸੀਜਨ ਦਾ ਹੁੰਦਾ ਹੈ ਤੇ 19 ਆ ਜਿਹੜਾ ਉਹ ਪੋਟਾਸ਼ੀਅਮ ਦਾ ਹੁੰਦਾ ਹੈ ਤਾਂ ਉਹਦੇ ਲਈ ਤੀਜੀ অপਸ਼ਨ ਸਹੀ ਹੋਊਗੀ 8 ਆਕਸੀਜਨ ਦਾ 19 ਪ੍ਰमाणੂ ਅੰਕ ਪੋਟਾਸ਼ੀਅਮ ਦਾ ਹੁੰਦਾ ਹੈ ਅਗਲਾ ਕੁਐਸਚਨ 48ਵਾਂ ਕਿਹੜੇ ਤੱਤਾਂ ਨੂੰ ਪ੍ਰमाणੂ ਅੰਕ ਦੇ ਵੱਧ ਦੇ ਕਰਮ ਅਨੁਸਾਰ ਲਗਾਇਆ ਗਿਆ ਹੈ ਪ੍ਰमाणੂ ਅੰਕ ਦੇ ਵੱਧ ਦੇ ਕਰਮ ਅਨੁਸਾਰ ਲਗਾਇਆ ਗਿਆ ਤਾਂ ਮੈਂ ਪ੍ਰमाणੂ ਅੰਕ ਲਿਖ ਦਿੰਦਾ ਸਾਰਿਆਂ ਦੇ ਕੈਲਸ਼ੀਅਮ ਜਿਹੜਾ ਦੇਖੋ ਬੇਟਾ ਜਿਹੜਾ ਕੈਲਸ਼ੀਅਮ ਲਿਖਿਆ ਉਹਦਾ ਪ੍ਰमाणੂ ਅੰਕ 17 ਹੁੰਦਾ ਜਿਹੜਾ ਸੋਡੀਅਮ ਉਹਦਾ 11 ਹੁੰਦਾ ਤੁਸੀਂ ਆਪੀ ਲਗਾ ਲੈਣਾ ਇਹਨੂੰ ਦੂਜਾ ਜਿਹੜਾ ਕੈਲਸ਼ੀਅਮ ਲਿਖਿਆ ਹੋਇਆ ਕੈਲਸ਼ੀਅਮ ਲਿਖਿਆ ਉਹਦਾ ਹੁੰਦਾ B ਤਾਂ ਤੁਸੀਂ ਲਗਾ ਲਓ ਹੁਣ ਪਰਮਾਣੂ ਅੰਕ ਦੇ ਪਰਮਾਣੂ ਅੰਕ ਦੇ ਵਾਧੇ ਕਰਮ ਅਨੁਸਾਰ ਤਾਂ ਕਿਹੜਾ ਆਏਗਾ ਪਹਿਲਾਂ ਸੋਡੀਅਮ ਫਿਰ ਕਲੋਰੀਨ ਫਿਰ ਕੈਲਸ਼ੀਅਮ ਸੋਡੀਅਮ ਕਲੋਰੀਨ ਤੇ ਕੈਲਸ਼ੀਅਮ ਦੂਜੀ অপਸ਼ਨ ਸਹੀ ਆਏਗੀ ਅਗਲਾ ਹਾਈਡਰੋਜਨ ਲੀਥੀਅਮ ਅਤੇ ਸੋਡੀਅਮ ਤੱਤਾਂ ਤਾ ਕਰਮਵਾਰ ਕਿਹੜੇ ਪੀੜਨਾਂ ਸੰਬੰਧ ਰੱਖਦੇ ਹਨ ਹਾਈਡਰੋਜਨ ਕਿੰਨੇ ਪੀਰੀਅਡ ਚ ਆਉਂਦਾ ਹੈ ਲੀਥੀਅਮ ਕਿਹੜੇ ਚ ਆਉਂਦਾ ਹੈ ਸੋਡੀਅਮ ਕਿਹੜੇ ਚ ਆਉਂਦਾ ਹੈ ਹਾਈਡਰੋਜਨ ਪਹਿਲੇ ਪੀਰੀਅਡ ਚ ਆਉਂਦਾ ਹੈ ਲੀਥੀਅਮ ਦੂਜੇ ਪੀਰੀਅਡ ਚ ਆਉਂਦਾ ਹੈ ਤੇ ਸੋਡੀਅਮ ਤੀਜੇ ਪੀਰੀਅਡ ਚ ਆਉਂਦਾ ਹੈ ਠੀਕ ਹੈ ਬੇਟਾ ਤੀਜੀ ਆਪਸ਼ਨ ਇਹਦੇ ਲਈ ਸਹੀ ਆਏਗੀ ਅਗਲਾ ਕੁਐਸਚਨ ਲਾਸਟ ਕੁਐਸਚਨ ਇਸ ਤੱਤਾਂ ਵਿੱਚ ਧਾਤਮੀ ਗੁਣ ਦੇ ਵਾਧ ਦੇ ਕਰਮ ਅਨੁਸਾਰ ਤੱਤਾਂ ਨੂੰ ਚੁਣੋ ਧਾਤਮੀ ਗੁਣ ਕਿਸ ਲੋਟ ਵਾਧਾ ਮਤਲਬ ਇਹਨਾਂ ਦੇ ਵਿੱਚ ਦੇਖੋ ਇਹ ਇੱਕ ਗਰੁੱਪ ਦੇ ਐਲੀਮੈਂਟ ਨੇ ਠੀਕ ਹੈ ਜਦੋਂ ਆਪਾਂ ਗਰੁੱਪ ਤੇ ਨੀਚੇ ਵੱਲ ਨੂੰ ਜਾਂਦੇ ਹਾਂ ਤਾਂ ਆਤਮਿਕ ਗੁਣ ਵੱਧਦਾ ਹੈ ਤਾਂ ਉੱਪਰ ਤੋਂ ਨੀਚੇ ਵੱਲ ਲਿਖਾਂਗੇ ਆਪਾਂ ਪਹਿਲਾਂ ਹਾਈਡਰੋਜਨ ਆਏਗਾ ਫਿਰ ਲਿਥੀਅਮ ਆਏਗਾ ਫਿਰ ਸੋਡੀਅਮ ਆਏਗਾ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਏਗੀ ਫੋਰ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ ਇੱਥੇ ਤੁਹਾਡੇ ਕੋਲ ਆਧੁਨਿਕ ਵਰਤੀ ਸਾਰਣੀ ਬਣਾਈ ਗਈ ਹੈ ਪਹਿਲੇ ਕੁਐਸਚਨ ਦੇ ਵਿੱਚ ਉੱਪਰ ਦਿੱਤੀ ਸਾਰਣੀ ਦੇ ਵਿੱਚ ਕੋਸਟ ਉਸ ਟਾਈਪ ਦੀ ਸਾਰਣੀ ਬਣਾਈ ਗਈ ਹੈ ਆਤਮਿਕ ਗੁਣ ਦਾ ਸਹੀ ਕਰਮ ਕੀ ਹੈ ਤਾਂ ਆਪਾਂ ਤਤਮੀ ਗੁੰਦੀ ਪ੍ਰੋਪਰਟੀ ਲਾ ਕੇ ਫਿਰ ਦੱਸਾਂਗੇ ਕਿ ਕਿਹਦਾ ਸਹੀ ਆ ਇਧਰ ਨੂੰ ਜਾਂਦੇ ਤਾਂ ਤਤਮੀ ਗੁਣ ਵੱਧਦਾ ਹੈ ਇਧਰ ਨੂੰ ਜਾਂਦੇ ਤਾਂ ਤਤਮੀ ਗੁਣ ਘਟਦਾ ਹੈ ਠੀਕ ਆ ਬੇਟਾ ਤਾਂ ਕਿਹੜਾ ਆਪਸ਼ਨ ਸਹੀ ਆਏਗਾ ਇਹਦੇ ਲਈ ਪੋਟਾਸ਼ੀਅਮ ਆ ਜਿਹੜਾ ਥੱਲੇ ਨੂੰ ਵੜਾ ਤਾਂ ਉਹਦਾ ਸਭ ਤੋਂ ਜ਼ਿਆਦਾ ਹੈ ਉਸ ਤੋਂ ਬਾਅਦ ਮੈਗਨੀਸ਼ੀਅਮ ਦਾ ਆਏਗਾ ਉਸ ਤੋਂ ਬਾਅਦ ਐਲੂਮੀਨੀਅਮ ਦਾ ਸਭ ਤੋਂ ਘੱਟ ਤਤਮੀ ਗੁਣ ਕਿਹਦਾ ਆਏਗਾ ਬੋਰੋਂ ਦਾ ਆਏਗਾ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਏਗੀ ਅਗਲਾ ਕੁਐਸਚਨ ਦੂਜਾ ਤਤ XYZ ਦੇ ਪ੍ਰमाणੂ ਅੰਕ ਕ੍ਰਮਵਾਰ 8 12 17 ਹਨ ਇਨ੍ਹਾਂ ਵਿੱਚੋਂ ਕਿਹੜੇ ਤੱਤ ਇੱਕੋ ਪੀਰੀਅਡ ਨਾਲ ਸੰਬੰਧ ਰੱਖਦੇ ਨੇ ਕਿਹੜੇ ਨੇ ਵੀ ਇੱਕੋ ਪੀੜ ਨਾਲ ਸੰਬੰਧ ਰੱਖਦੇ ਨੇ ਜਿਹੜੇ ਕਿਹੜੇ ਨੇ ਜਿਹਦਾ ਪਰਮਾਣੂ ਅੰਕ 12 ਤੇ 17 ਹੈ ਇਹ ਕਿਹੜੇ ਪੀੜ ਦੇ ਵਿੱਚ ਆਉਂਦੇ ਨੇ ਤੀਜੇ ਦੇ ਵਿੱਚ 8 ਪਰਮਾਣੂ ਅੰਕ ਵਾਲਾ ਦੂਜੇ ਦੇ ਵਿੱਚ ਆਉਂਦਾ ਤਾਂ Y ਤੇ Z ਜਿਹੜੇ ਉਹ ਇੱਕੋ ਪੀਰੀਅਡ ਦੇ ਵਿੱਚ ਆਉਂਦੇ ਨੇ ਅੱਗੇ ਕਿਹੜਾ ਕਥਨ ਸਹੀ ਹੈ ਗਰੁੱਪ ਵਿੱਚ ਹੇਠਾਂ ਵੱਲ ਜਾਂਦੇ ਸੰਯੋਜਕਤਾ ਵੱਧ ਜਾਂਦੀ ਹੈ ਇੱਕੋ ਰੂਪ ਵਾਲੀ ਤੱਤਾਂ ਦੀ ਸੰਯੋਗਤਾ ਆਮ ਤੌਰ ਤੇ ਇੱਕੋ ਜਿਹੀ ਹੁੰਦੀ ਹੈ ਗਰੁੱਪ ਵਿੱਚੋਂ ਉੱਪਰੋਂ ਹੇਠਾਂ ਜਾਂਦੇ ਆਂ ਪਹਿਲਾਂ ਸੰਯੋਗਤਾ ਵਧਦੀ ਹੈ ਫਿਰ ਘਟਦੀ ਹੈ ਸੱਸਾ ਪ੍ਰਕਤ ਵਿੱਚੋਂ ਕੋਈ ਨਹੀਂ ਤਾਂ ਕਿਹੜੀ ਆ ਵੀ ਗਰੁੱਪ ਦੇ ਵਿੱਚ ਸੰਯੋਗਤਾ ਇੱਕ ਸਮਾਨ ਰਹਿੰਦੀ ਹੈ ਅਗਲਾ ਕੁਐਸਚਨ ਇੱਕ ਪ੍ਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ ਚੌਥਾ ਕੁਐਸਚਨ ਦੇਖੋ ਬੇਟਾ 2 8 7 ਹੈ 287 ਹੈ ਮਤਲਬ ਕਲੋਰੀਨ ਹੈ 2 ਤੇ 8 10 ਤੇ 17 ਪਰਮਾਣੂ ਅੰਕਾ ਤੱਕ ਕਲੋਰੀਨ ਹੈ ਤਾਂ ਇਹ ਲਿਖਾ ਵਿੱਚ ਕਿਹ 7 ਦੀ ਸੰਖ ਸਮਾਨਤਾ ਸਮਾਨ ਹੋਏਗੀ ਦੇਖੋ 2 8 7 ਕਲੋਰੀਨ ਹੈ ਜਿਹਦੇ ਲਾਸਟ ਛੇ ਵਿੱਚ 7 ਇਲੈਕਟ੍ਰੋਨ ਹੋਣਗੇ ਉਸ ਨਾਲ ਸਮਾਨ ਹੋਊਗੀ ਕਿਦੇ ਚ ਹੋਣਗੇ ਵੀ ਫਲੋਰਿਨ ਇਹ ਪਹਿਲਾਂ ਵੀ ਆਪਾਂ ਕਰ ਲਿਆ ਡਿਸਕਸ ਨਾ ਹੁੰਦਾ ਫਲੋਰਿਨ ਦਾ ਤਾਂ ਕਿਵੇਂ ਲਿਖਿਆ ਜਾਊਗਾ ਫਲੋਰਿਨ ਨੂੰ 2 7 ਇਦੇ ਵੀ ਬਾਰੀ ਚੱਕਰ ਚ 7 ਇਲੈਕਟ੍ਰੋਨ ਨੇ ਕਲੋਰੀਨ ਦੇ ਬਾਰੀ ਚੱਕਰ ਦੇ ਵਿੱਚ ਵੀ 7 ਇਲੈਕਟ੍ਰੋਨ ਨੇ ਅੱਗੇ ਆਵਾਤੀ ਸ਼ਰਣੀ ਦੇ ਤੀਜੇ ਪੀਰੀਅਡ ਦਾ ਤੱਤ ਐਮ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਐਮ2 O3 ਬਣਾਉਂਦਾ ਐ ਐਮ ਕੀ ਹੈ ਇੱਥੋਂ ਪਤਾ ਲੱਗਦਾ ਆਪਾਂ ਨੂੰ ਸੰਯੋਜਕਤਾ ਕਿੰਨੀ ਹੈ 3 ਹੈ ਤਾਂ 3 ਸੰਯੋਜਕਤਾ ਕਿਹਦੀ ਹੈ ਤੀਜੇ ਪੀੜ ਦੇ ਵਿੱਚ ਐਲੂਮੀਨੀਅਮ ਦੀ ਹੈ ਐਲੂਮੀਨੀਅਮ ਬਣਾਉਂਦਾ ਆਕਸਾਈਡ ਤੁਸੀਂ ਦੇਖੀ ਹੀ ਹੋਣਗੇ ਸ਼ਾਇਦ ਐਲੂਮੀਨੀਅਮ 2 O3 ਇਹ ਤੁਸੀਂ ਦੇਖਿਆ ਹੋਊਗਾ aluminum ਦੇ ਆਕਸਾਈਡ ਇਸ ਪ੍ਰਕਾਰ ਦੇ ਹੁੰਦੇ ਨੇ ਤਾਂ ਹੀ ਕਿਹੜਾ ਐਲੀਮੈਂਟ ਆ ਬੇਟਾ ਕਿਹੜਾ ਤੱਤ ਹੈ aluminum x schéma question ਇੱਕ ਤੱਤ x ਜਿਸ ਦਾ ਪਰਮਾਣੂ ਅੰਕ 12 ਹੈ ਮਤਲਬ ਕਿ ਉਹ ম্যাগਨੀਸ਼ੀਅਮ ਹੈ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਬਣਾਉਂਦਾ ਹੈ ਤਾਂ ম্যাগਨੀਸ਼ੀਅਮ ਕਿਹੋ ਜਿਹਾ ਆਕਸਾਈਡ ਬਣਾਉਂਦਾ ਵੀ mg o ਟਾਈਪ ਦੇ ਆਕਸਾਈਡ ਬਣਾਉਂਦਾ ਹੈ ਕਿਹੜੀ ਆਪਸ਼ਨ ਸਹੀ ਆਏਗੀ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਏਗੀ ਅਗਲਾ ਇਕ ਤੱਤ x ਦਾ ਪਰਮਾਣੂ ਸੰਖਿਆ 11 ਹੈ ਇਹ ਪਰਮਾਣੂ ਇਹ ਆਧੁਨਿਕ ਵਰਤੀ ਸਾਰਣੀ ਦੇ ਕਿਸ ਪੀਰੀਅਡ ਨਾਲ ਸੰਬੰਧਤ ਹੈ ਪਰਮਾਣੂ ਸੰਖਿਆ 11 ਮਤਲਬ ਇਹ ਸੋਡੀਅਮ ਹੈ ਜੇ ਆਪਾਂ ਇਹਦੀ ਇਲੈਕਟ੍ਰੋਨਿਕ ਤਰਤੀਬ ਦੇਖੀਏ 11 ਨਾ 2 8 1 ਹੋਏਗੀ ਕਿੰਨੇ ਇਲੈਕਟ੍ਰੋਨ ਨੇ ਬਾਹਰੀ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਤਾਂ ਕਿਹੜੇ ਪੀਰੀਅਡ ਨਾਲ ਸੰਬੰਧਤ ਆ ਵੀ ਇਹ ਪਹਿਲੇ ਪੀਰੀਅਡ ਨਾਲ ਸੰਬੰਧਤ ਨਹੀਂ ਇਹ ਪਹਿਲੇ ਪੀਰੀਅਡ ਨਾਲ ਸੰਬੰਧਤ ਨਹੀਂ ਪਹਿਲੇ ਗਰੁੱਪ ਨਾਲ ਸੰਬੰਧਿਤ ਹੈ ਪੀਰੀਅਡ ਕਿਹੜਾ ਵੀ ਇਹਦਾ ਤੀਜਾ ਜਿੰਨੇ ਨੰਬਰ ਆਫ ਸ਼ੈਲ ਹੋਣਗੇ ਉਨਵਾ ਪੀਰੀਅਡ ਹੋਊਗਾ ਕਿੰਨੇ ਸ਼ੈਲ ਨੇ 1 2 3 ਸ਼ੈਲ ਨੇ ਤਾਂ ਇਹ ਤੀਜੇ ਪੀਰੀਅਡ ਨਾਲ ਸੰਬੰਧਿਤ ਹੈ ਪਹਿਲੇ ਗਰੁੱਪ ਨਾਲ ਸੰਬੰਧਿਤ ਹੈ ਪਰ ਤੀਜੇ ਪੀਰੀਅਡ ਨਾਲ ਸੰਬੰਧਿਤ ਹੈ ਨਾਈਟ੍ਰੋਜਨ ਦਾ ਪਰਮਾਣੂ ਅੰਕ 7 ਹੈ ਫਾਸਫੋਰਸ ਦਾ ਪਰਮਾਣੂ ਅੰਕ 15 ਆਧੁਨਿਕ ਵਰਤੀ ਸਾਰਣੀ ਵਿੱਚ ਇੱਕ ਹੀ ਗਰੁੱਪ ਨਾਲ ਸੰਬੰਧਿਤ ਹਨ ਇਨ੍ਹਾਂ ਵਿੱਚੋਂ ਕਿਸ ਦਾ ਪਰਮਾਣੂ ਆਕਾਰ ਸਭ ਤੋਂ ਜ਼ਿਆਦਾ ਹੈ ਕਿਸ ਦਾ ਸਭ ਤੋਂ ਜ਼ਿਆਦਾ ਹੈ ਵੀ ਦੇਖੋ ਇੱਕੋ ਗਰੁੱਪ 'ਚ ਨੇ ਗਰੁੱਪ ਨੂੰ ਨੀਚੇ ਵੱਲ ਨੂੰ ਜਾਂਦੇ ਹਾਂ ਪਰਮਾਣੂ ਦਾ ਆਕਾਰ ਆ ਜਿਹੜਾ ਉਹ ਵੱਧਦਾ ਹੈ ਤਾਂ ਕਿਹਦਾ ਜ਼ਿਆਦਾ ਹੋਏਗਾ ਫਾਸਫੋਰਸ ਦਾ ਜਿਹੜਾ ਪਰਮਾਣੂ ਆਕਾਰ ਹੈ ਨਾਈਟ੍ਰੋਜਨ ਨਾਲੋਂ ਜ਼ਿਆਦਾ ਹੋਏਗਾ ਇਹਦੇ ਲਈ ਸਹੀ ਉੱਤਰ ਕੀ ਆਏਗੀ ਬੇਟਾ ਫਾਸਫੋਰਸ ਆਏਗੀ ਅਗਲਾ ਕੁਐਸਚਨ ਨਮਾ ਦੇਖੋ ਇੱਥੇ ਨਮਾ ਕੁਐਸਚਨ ਤਤ A B C D E ਇਲੈਕਟ੍ਰੋਨਿਕ ਤਰਤੀਬ ਲਿਖੀ ਹੋਈ ਹੈ A ਦੀ 2 3 B ਦੀ 2 8 3 C ਦੀ 2 8 5 D ਦੀ 2 8 7 E ਦੀ 2 8 8 2 ਕਿਹੜੇ ਤਤ ਇੱਕੋ ਗਰੁੱਪ ਨਾਲ ਸੰਬੰਧਤ ਹਨ ਕਿਹੜੇ ਤਤ ਇੱਕੋ ਗਰੁੱਪ ਨਾਲ ਸੰਬੰਧਤ ਹੋਣਗੇ ਜਿਨ੍ਹਾਂ ਦੇ ਲਾਸਟ ਸ਼ੈਲ ਵਿੱਚ ਇਲੈਕਟ੍ਰੋਨ ਸੇਮ ਹੋ ਸੇਮ ਹੋਣਗੇ ਸਮਾਨ ਹੋਣਗੇ ਨਾ ਵੀ ਸਮਾਨ ਹਨ A ਦੇ ਵਿੱਚ ਵੀ 2 3 ਇਲੈਕਟ੍ਰੋਨ ਨੇ ਲਾਸਟ ਸ਼ੈਲ ਦੇ ਵਿੱਚ B ਦੇ ਲਈ ਵੀ 3 ਇਲੈਕਟ੍ਰੋਨ ਨੇ ਤਾਂ ਇਹ ਇੱਕੋ ਗਰੁੱਪ ਨਾਲ ਸੰਬੰਧਿਤ ਹਨ ਠੀਕ ਹੈ ਬੇਟਾ ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਜਦੋਂ ਲਾਸਟਲੇ ਸ਼ੈਲ ਦੇ ਵਿੱਚ ਬਾਹਰੀ ਸ਼ੈਲ ਦੇ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਬਰਾਬਰ ਆ ਗਈ ਤਾਂ ਉਹ ਇੱਕ ਗਰੁੱਪ ਦੇ ਵਿੱਚ ਆਉਂਦੇ ਨੇ ਠੀਕ ਹੈ ਜੇਕਰ ਸ਼ੈਲਾਂ ਦੀ ਸੰਖਿਆ ਬਰਾਬਰ ਆ ਗਈ ਤਾਂ ਉਹ ਇੱਕੋ ਪੀਰੀਅਡ ਦੇ ਵਿੱਚ ਹੁੰਦੇ ਨੇ ਜਿਵੇਂ B C ਤੇ D ਇੱਥੇ B C ਤੇ D ਇੱਕੋ ਪੀਰੀਅਡ ਨਾਲ ਸੰਬੰਧਿਤ ਰੱਖਦੇ ਨੇ ਠੀਕ ਹੈ ਬੇਟਾ ਕਿਉਂਕਿ ਪੀਰੀਅਡ ਦੇ ਵਿੱਚ ਸ਼ੈਲਾਂ ਦੀ ਸੰਖਿਆ ਸਮਾਨ ਰਹਿੰਦੀ ਹੈ ਸ਼ੈਲ ਨਹੀਂ ਬਦਲਦਾ ਪੀਰੀਅਡ ਦੇ ਵਿੱਚ ਗਰੁੱਪ ਦੇ ਵਿੱਚ ਸ਼ੈਲ ਆ ਜਿਹੜਾ ਉਹ ਬਦਲਦਾ ਠੀਕ ਹੈ ਬੇਟਾ ਅਗਲਾ ਇੱਕ ਤੱਤ Z ਆਧੁਨਿਕ ਵਰਤੀ ਸਾਰਣੀ ਦੇ ਦੂਜੇ ਗਰੁੱਪ ਨਾਲ ਸੰਬੰਧ ਰੱਖਦਾ ਹੈ ਆਕਸਾਈਡ ਦਾ ਫਾਰਮੂਲਾ ਕੀ ਹੋਏਗਾ Z O ਆਪਾਂ ਪਹਿਲਾਂ ਹੀ ਡਿਸਕਸ ਕਰਕੇ ਜਿਹੜਾ ਹੈ ਮੈਗਨੀਸ਼ੀਅਮ ਨੂੰ ਮੈਗਨੀਸ਼ੀਅਮ ਦਾ ਆਕਸਾਈਡ ਕੀ ਬੰਦਾ ਮੈਗਨੀਸ਼ੀਅਮ ਆਕਸਾਈਡ ਐਮ ਜੀਓ ਅੱਗੇ ਮੈਂਡਲੀ ਦੀ ਵਰਤੀ ਸਾਰਣੀ ਸੀ ਮੈਂਡਲੀਵ ਦੀ ਸਾਰਣੀ ਵਿੱਚ ਕਰਮਵਾਰ ਕਿੰਨੇ ਗਰੁੱਪ ਤੇ ਕਿੰਨੇ ਪੀਰੀਅਡ ਸੀ ਵੀ 8 ਗਰੁੱਪ ਤੇ 6 ਪੀਰੀਅਡ ਸੀਗੇ ਸੌਖਾ ਸੀ ਇਹ ਤਾਂ ਅਗਲਾ ਹੇਠ ਲਿਖੇ ਤੱਤਾਂ ਵਿੱਚੋਂ ਕਿਹੜੇ ਤੱਤ ਆਧੁਨਿਕ ਬਤਿ ਸਾਰਣੀ ਦੇ 18ਵੇਂ ਗਰੁੱਪ ਨਾਲ ਸੰਬੰਧਿਤ ਨਹੀਂ 18ਵਾਂ ਗਰੁੱਪ ਕਿਹੜਾ ਸੀ ਨੋਬਲ ਗੈਸਸ ਦਾ ਅਕਿਰਿਆਸ਼ੀਲ ਗੈਸਸ ਦਾ ਕਿਹੜਾ ਸੀ ਵੀ ਉਹਦੇ ਵਿੱਚ ਕਿਹੜੀਆਂ ਹੁੰਦੀਆਂ ਹੀਲੀਅਮ ਨਿਓਨ ਆਰਗਨ ਕ੍ਰਿਪਟਨ ਜੀਨਨ ਇਹ ਤੁਸੀਂ ਸਾਰੀਆਂ ਯਾਦ ਕਰ ਲਓ 18ਵੇਂ ਗਰੁੱਪ ਵਿੱਚ ਅਕਿਰਿਆਸ਼ਿਲ ਗੈਸਾਂ ਹੁੰਦੀਆਂ ਨੋਬਲ ਗੈਸੇਜ਼ ਹੁੰਦੀਆਂ ਉਹ ਸਾਰੀਆਂ ਤੁਸੀਂ ਯਾਦ ਕਰ ਲਓ ਕਿਹੜੀਆਂ-ਕਿਹੜੀਆਂ ਨੇ ਹੀਲੀਅਮ ਨਿਓਨ ਆਰਗਨ ਕ੍ਰਿਪਟਨ ਜੀਨਨ ਰੈਡੋਨ ਠੀਕ ਹੈ ਬੇਟਾ ਅਗਲਾ ਮੈਂਡਲੀਵ ਦੀ ਵਰਤੀ ਸਾਰਣੀ ਦਾ ਵਰਗੀਕਰਨ ਦਾ ਆਧਾਰ ਕੀ ਹੈ ਪਰਮਾਣੂ ਪੁੰਜ ਦਾ ਵਾਧਾ ਕਰਮ ਪਰਮਾਣੂ ਪੁੰਜ ਦਾ ਵਾਧਾ ਕਰਮ ਇਹ ਆਪਸ਼ਨ ਇਹਦੇ ਲਈ ਸਹੀ ਆਏਗੀ ਆਧੁਨਿਕ ਵਾਤੀ ਸਾਰਨੀ ਦਾ ਕੀ ਹੈ ਪਰਮਾਣੂ ਅੰਕ ਦਾ ਵਾਧਾ ਕਰਮ ਅਗਲਾ ਕੁਐਸਚਨ ਹੀਠਾਂ ਦਰਜ ਤੱਤਾਂ ਵਿੱਚੋਂ ਕਿਸ ਤੱਤ ਦਾ ਬਾਹਰੀ ਸ਼ੈਲ ਪੂਰਾ ਕਿਸ ਤੱਤ ਦਾ ਬਾਹਰੀ ਸ਼ੈਲ ਪੂਰਾ ਹੁੰਦਾ ਬੇਟਾ ਨੋਵਲ ਗੈਸੇਸ ਦਾ ਲਾਸਟਲੀ 18ਵੇਂ ਗਰੁੱਪ ਦੇ ਐਲੀਮੈਂਟ ਨੋਵਲ ਗੈਸੇਸ ਕਿਹੜੀ ਐਥੇ ਨਿਓਨ ਅਗਲਾ ਸਲਫਰ ਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਏਗੀ ਸਲਫਰ ਦਾ ਜਿਹੜਾ ਪਰਮਾਣੂ ਅੰਕ 16 ਹੁੰਦਾ ਕਿਵੇਂ ਲਿਖਾਂਗੇ ਇਲੈਕਟ੍ਰੋਨਿਕ ਤਰਤੀਬ 2 8 10 ਹੋਗੇ ਦਿਸ਼ੇ 16 ਇਹ ਹੋ ਗਈ ਇਲੈਕਟ੍ਰੋਨਿਕ ਤਰਤੀਬ ਕਿਹੜੀ ਆਪਸ਼ਨ ਹੈ ਦੂਜੀ ਆਪਸ਼ਨ ਮੈਂਡਲੀਵ ਦੀ ਵਰਤੀ ਸਾਰਣੀ ਵਿੱਚ ਕਿਹੜੇ ਤੱਤ ਮੌਜੂਦ ਨਹੀਂ ਹਨ ਹੀਲੀਅਮ ਤੇ ਨਿਓਨ ਨੋਬਲ ਗੈਸਾਂ ਨੂੰ ਉਹ ਥਾਂ ਨਹੀਂ ਦੇ ਪਾਇਆ ਸੀ ਤਾਂ ਇਹ ਦੋਨੇ ਕੀ ਇਹ ਨੇ ਨੋਬਲ ਗੈਸੇਦ ਨੇ ਹੀਲੀਅਮ ਤੇ ਨਿਓਨ ਇਹ ਤੱਤ ਮੈਂਡਲੀਵ ਦੀ ਵਰਤੀ ਸਾਰਣੀ ਵਿੱਚ ਮੌਜੂਦ ਨਹੀਂ ਹਨ ਅੱਗੇ ਹੇਠਾਂ ਦਿੱਤੇ ਤੱਤਾਂ ਵਿੱਚੋਂ ਕਿਸ ਤਾ ਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਵੱਧ ਹੈ ਕਿਹੜੇ ਦਾ ਇਲੈਕਟ੍ਰੋਨੈਗੇਟਿਵਿਟੀ ਕਿਹੜੇ ਗਰੁੱਪ ਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਵੱਧ ਹੁੰਦੀ ਹੈ 17ਵੇਂ ਦੀ 17ਵੇਂ ਦੇ ਵਿੱਚ ਵੀ ਜਿਹੜਾ ਪਹਿਲਾ ਐਲੀਮੈਂਟ ਹੁੰਦਾ ਉਹਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਵੱਧ ਹੁੰਦੀ ਹੈ ਪਹਿਲਾ ਕਿਹੜਾ ਵੀ ਫਲੋਰਿਨ ਫਲੋਰਿਨ ਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਵੱਧ ਹੈ ਤਾਂ ਤਾਂ ਕਿਸ ਕਿਸਮ ਦੇ ਆਕਸਾਈਡ ਬਣਾਉਂਦੀਆਂ ਹਨ ਖਾਰੀ ਅਤਾਤਾਂ ਤੇਜਾਬੀ ਬਣਾਉਂਦੀਆਂ ਨੇ ਤਾਂ ਤਾਂ ਖਾਰੀ ਬਣਾਉਂਦੀਆਂ ਨੇ ਅਤਾਤਾਂ ਤੇਜਾਬੀ ਅਗਲਾ ਕਿਸ ਤੱਤ ਵਿੱਚ ਤਿੰਨ ਸ਼ੈਲ ਹਨ ਬਾਰੀ ਸ਼ੈਲ ਵਿੱਚ ਚਾਰ ਇਲੈਕਟ੍ਰੋਨ ਭਰੇ ਨੇ ਪਰ ਆਪਾਂ ਤਾਂ ਇਹਨਾਂ ਹੀ ਸ਼ੈਲ ਲੈ ਲਵਾਂਗੇ ਪਹਿਲੇ ਸ਼ੈਲ 'ਚ ਦੋ ਇਲੈਕਟ੍ਰੋਨ ਨੇ ਦੂਜੇ 'ਚ ਅੱਠ ਹੋਣਗੇ ਤੀਜੇ 'ਚ ਇਹਨਾਂ ਨੇ ਕੀ ਕਿਹਾ ਹੈ ਵੀ ਚਾਰ ਤਾਂ ਕਿਹੜਾ ਬਣੂਗਾ ਵੀ ਦੋ ਤੇ ਅੱਠ 10 ਤੇ ਚਾਰ 14 14 ਪਰਮਾਣੂ ਅੰਕ ਕੀਦਾ ਹੈ ਸਿਲਿਕਨ ਦਾ ਤਾਂ ਇਹਦੇ ਲਈ ਸਹੀ ਉੱਤਰ ਕੀ ਆਏਗਾ ਸਿਲਿਕਨ ਆਏਗਾ ਵੀਰਾਂ ਮਨੂੰ ਇਹ ਸੀ ਆਪਣਾ ਅੱਜ ਦਾ ਲੈਕਚਰ ਮੈਨੂੰ ਉਮੀਦ ਆ ਤੁਹਾਨੂੰ ਇਹ ਪਸੰਦ ਆਇਆ ਹੋਏਗਾ ਧੰਨਵਾਦ